द वे फॉरवर्ड इज थोड़ा बहुत बहुत स्वागत है। मैं थोड़ा होस्ट हरजोत सिंह। पिछले हफ्ते प्रोविंस दे क्यूबेक प्रोविंस विच कैनेडा दे क्यूबेक प्रोविंस विच एक एक लॉ पेश किया गया है, अप्रूव किया गया है, विच इज़ कॉल्ड द बिल 21। आज जड़ा बिल है ये प्रोहिबिट करता है किसी भी प्लेस ऑफ अथॉरिटी पब्लिक ऑफिस विच बंदियां नू उन्हां दे जिहड़े रिलीजियस आइटम्स हैं, रिलीजियस सिंबल्स हैं, जिवें कि सरदारां दी टर्बन या मुलका या पुरखा पान तो। अज असी गल करांगे कैनेडा दे फॉर्मर MP सरदार गुरबख्श सिंह मल्ली जी नाल। गुरबख्श जी, तुहाडी बहुत बहुत स्वागत है तुहाडा। थैंक यू, तुहाडा बहुत बहुत धन्नवाद जिहड़ा कि असीं ਤੁਹਾਡੇ ਰੇਡੀਓ ਪ੍ਰੋਗਰਾਮ ਰਾਹੀਂ ਜਿਹੜੇ ਸਰੋਤੇ ਆ ਉਹਨਾਂ ਨਾਲ ਸਾਂਝ ਪੈਦਾ ਕਰ ਸਕੀਏ। ਗੁਰਬਖਸ਼ ਸਿੰਘ ਜੀ, ਸਾਨੂੰ ਦੱਸੋਗੇ ਇਸ ਬਿੱਲ 21 ਦੇ ਬਾਰੇ 'ਚ ਕੁਛ? ਹਾਂਜੀ, ਇਹ ਬਿੱਲ ਜਿਹੜਾ ਹੈਗਾ ਬਿੱਲ C-21 ਜੀ, ਇਹ ਪਿਛਲੇ ਸੰਡੇ ਨੂੰ 73 ਇਹਦੇ ਫੇਵਰ ਦੇ ਵਿੱਚ ਸੀ ਤੇ 35 ਇਹਦੇ ਉਲਟ ਸੀ, ਪਾਸ ਹੋ ਗਿਆ ਬਿੱਲ ਇਹ। ਇਸ ਬਿੱਲ ਦੇ ਵਿੱਚ ਇਹ ਹੈਗਾ ਕਿ ਕਬੈਕ ਦੇ ਵਿੱਚ ਉਹ ਵਿਅਕਤੀ ਜਿਹੜੇ ਕਿ ਕੋਈ ਧਾਰਮਿਕ ਚੰਨ ਪਹਿਨਦੇ ਆ ਉਹਨਾਂ ਨੂੰ ਪਬਲਿਕ ਸਰਵੈਂਟ ਹੈਗੇ ਆ, ਟੀਚਰ ਹੈਗੇ ਆ, ਕ੍ਰਾਊਨ ਪ੍ਰੋਸੀਕਿਊਟਰ ਹੈ, ਪੁਲਿਸ ਹੈ, ਪ੍ਰਿਜਨ ਗਾਰਡ ਹੈ ਤੇ ਜੱਜਸ ਹਨ ਤੇ ਹੋਰ ਵੀ ਕਈ ਪਬਲਿਕ ਦੇ ਵਿੱਚ ਜਿਹੜੀਆਂ ਪੋਸਟਾਂ ਹਨ ਉਹਨਾਂ 'ਚ ਜਿਹੜਾ ਧਾਰਮਿਕ ਚੰਨ ਪਹਿਨ ਕੇ ਨੌਕਰੀ ਨਹੀਂ ਕਰ ਸਕਣਗੇ। ਲੇਕਿਨ ਇੱਕ ਜਿਹੜੀ ਹੈਗੀ ਆ ਗ੍ਰੈਂਡਫਾਦਰ ਕਲਾਸ ਹੈਗੀ ਆ, ਜਿਹੜੇ ਲੋਕ ਪਹਿਲਾਂ ਇਹ ਕੰਮ ਕਰ ਰਹੇ ਆ ਉਹਨਾਂ 'ਤੇ ਕੋਈ ਸਿੱਧਾ ਅਸਰ ਨਹੀਂ ਹੋਵੇਗਾ। ਗੁਰਬਖਸ਼ ਸਿੰਘ ਜੀ, ਅਸੀਂ ਕੈਨੇਡਾ ਨੂੰ ਇੱਕ ਬੜਾ ਲਿਬਰਲ, ਇੱਕ ਬੜਾ ਪ੍ਰੋਗਰੈਸਿਵ ਮੁਲਕ ਮੰਨਦੇ ਹਾਂ, ਇਹ 2019 ਵਿੱਚ ਇਹ ਇੱਦਾਂ ਦਾ ਲਾਅ ਆਉਣਾ, ਇਹ ਹਾਊ ਡੂ ਵੀ ਅੰਡਰਸਟੈਂਡ ਦਿਸ? ਵੈਸੇ ਬਹੁਤ ਮੈਂ ਸਮਝਦਾ ਕਿ ਇੱਕ ਕਿਸਮ ਦਾ ਇਨਡਾਇਰੈਕਟ ਮਿਨੋਰਿਟੀ ਹੈ ਜਿਹੜੀ, ਉਹਨਾਂ ਨੇ ਇਨਡਾਇਰੈਕਟ ਡਿਸਕ੍ਰਿਮੀਨੇਸ਼ਨ ਹੈਗਾ ਜੀ ਜੀ ਜੀ, ਸਿੱਧੇ ਤੌਰ 'ਤੇ ਨਹੀਂ, ਇਨਡਾਇਰੈਕਟਲੀ ਡਿਸਕ੍ਰਿਮੀਨੇਸ਼ਨ ਹੈ। ਤੇ ਉਹਨਾਂ ਦੀ ਕਬੈਕ ਦੀ ਜਿਹੜੀ ਪਾਰਟੀ ਹੈ CAQ ਪਾਰਟੀ ਤੇ ਨਾਲ ਹੀ ਬਲਾਕ ਕਬੈਕਵਾ ਪਾਰਟੀ ਹੈਗੀ ਜਿਹੜੀ, ਉਹਨਾਂ ਦੋਨਾਂ ਪਾਰਟੀਆਂ ਦੀ ਸਪੋਰਟ ਦੇ ਨਾਲ ਇਹ ਬਿੱਲ ਪਾਸ ਹੋਇਆ। ਦੂਸਰੀਆਂ ਦੋ ਪਾਰਟੀਆਂ ਜਿਹੜੀਆਂ ਸੀਗੀਆਂ ਜਿਹਨਾਂ ਦੀ ਥੋੜ੍ਹੀ ਗਿਣਤੀ ਸੀ, ਲਿਬਰਲ ਸੀ ਤੇ ਕਬੈਕ ਸੋਲੀਡੈਰਿਟੀ, ਉਹਨਾਂ ਨੇ ਇਹਦੇ ਅਪੋਜ਼ ਕੀਤਾ ਇਸ ਬਿੱਲ ਨੂੰ। ਲੇਕਿਨ ਹੁਣ ਪਹਿਲਾਂ ਵੀ ਇਹ ਜਿਹੜੀ ਪਾਰਟੀ ਹੈ ਇਹੀ ਕੋਸ਼ਿਸ਼ ਕਰਦੀ ਰਹਿੰਦੀ ਸੀਗੀ ਇਹ ਕੋਈ ਇਮੀਗ੍ਰੈਂਟਸ ਦੀ ਜਾਂ ਮਿਨੋਰਟੀ ਦੀ ਫੇਵਰ ਦੇ ਵਿੱਚ ਨਹੀਂ ਹੈ ਜ਼ਿਆਦਾ, ਸੋ ਇਹਨਾਂ ਦੀ ਕੋਸ਼ਿਸ਼ ਹੈਗੀ ਹੈ ਕਿ ਇਹਦੇ ਨਾਲ ਜਿਹੜੀ ਨੌਜਵਾਨ ਪੀੜ੍ਹੀ ਆ ਹੁਣ ਇੱਥੇ ਪੜ੍ਹੀ ਪੜ੍ਹੇ ਲਿਖੇ ਆ, ਬਾਹਰਲੀਆਂ ਕਮਿਊਨਿਟੀਆਂ ਦੇ ਆਉਂਦੇ ਆ ਮਿਨੋਰਟੀ ਦੇ, ਉਹ ਕਿਤੇ ਸਾਥੋਂ ਚੰਗੀਆਂ ਜਿਹੜੀਆਂ ਜੋਬਸ ਆ, ਗੌਰਮੈਂਟ ਦੀਆਂ ਵਧੀਆ ਪੋਸਟ ਆ, ਉਹਨਾਂ ਨੂੰ ਇੱਕ ਰੋਕਣ ਦਾ ਸਿੱਧਾ ਢੰਗ ਹੈ। ਗੁਰਬਖਸ਼ ਸਿੰਘ ਜੀ, ਜੋ ਸਰਕਾਰ ਕਹਿ ਰਹੀ ਹੈ ਉਹ ਕਹਿ ਰਹੀ ਹੈ ਕਿ ਇਹ ਕੰਟੀਨਿਊਸ਼ਨ ਹੈ ਉਹਨਾਂ ਦੀ ਜਿਹੜੀ ਕੁਆਇਟ ਰੈਵੋਲਿਊਸ਼ਨ ਸੀ, ਜਿਸ ਨੂੰ ਉਹ ਕਹਿੰਦੇ ਪਏ ਨੇ ਕਿ ਅਸੀਂ ਗਵਰਨਮੈਂਟ ਨੂੰ ਸੈਕੂਲਰ ਬਣਾਉਣਾ ਚਾਹੁੰਦੇ ਹਾਂ, ਅਸੀਂ ਕਿਸੇ ਇੱਕ ਪਰਟੀਕੁਲਰ ਤਬਕੇ ਨਾਲ ਡਿਸਕ੍ਰਿਮੀਨੇਟ ਨਹੀਂ ਕਰ ਰਹੇ, ਅਸੀਂ ਆਹ ਕਹਿ ਰਹੇ ਹਾਂ ਕਿ ਜੋ ਵੀ ਬੰਦਾ ਗਵਰਨਮੈਂਟ ਦੀ ਪਬਲਿਕ ਅਥਾਰਟੀ ਵਾਲੀ ਜਗ੍ਹਾ 'ਤੇ ਬੈਠਿਆ ਹੈ ਉਹ ਕਿਸੇ ਪਰਟੀਕੁਲਰ ਰਿਲੀਜਨ ਨੂੰ ਰਿਪ੍ਰਜੈਂਟ ਨਾ ਕਰੇ। ਤੁਸੀਂ ਇਸ ਸਿਸਟਮ ਨੂੰ ਬੜੀ ਕਲੋਜ਼ਲੀ ਵੇਖਿਆ ਹੈ, ਕਿਆ ਇਸਦੇ 'ਚ ਕੋਈ ਸੱਚਾਈ ਹੈ ਜਾਂ ਇਹ ਸਿਰਫ ਉਸਨੂੰ ਇੱਕ ਕਵਰ ਅਪ ਹੈਗਾ ਇਸ ਡਿਸਕ੍ਰਿਮੀਨੇਸ਼ਨ? ਦੇਖੋ, ਇਹ ਤਾਂ ਉਹਨਾਂ ਨੇ ਆਪਣੇ ਡਿਫੈਂਸ ਵਾਸਤੇ ਇਹ ਵਰਤਿਆ ਹੈ। ਸੈਕੂਲਰਿਜ਼ਮ ਦੇ ਵਿੱਚ ਤਾਂ ਫਿਰ ਮਤਲਬ ਜੇ ਹੁੰਦਾ ਉਸ ਤਰ੍ਹਾਂ ਦਾ ਜਿਹੜਾ ਹੈਗਾ ਤਾਂ ਫਿਰ ਕਰਨਾ ਨਹੀਂ ਸੀ ਚਾਹੀਦਾ ਉਹਨਾਂ ਨੂੰ, ਮਤਲਬ ਇਸ ਤਰ੍ਹਾਂ ਦਾ ਕੰਮ, ਇਹ ਇਸ ਤਰ੍ਹਾਂ ਦਾ ਬੈਨ ਜਿਹੜਾ ਕਰਨਾ ਨਹੀਂ ਸੀ ਚਾਹੀਦਾ। ਇੱਕ ਆਪਣੇ ਆਪ ਨੂੰ ਕੋਈ ਵੀ ਹੈ, ਕੋਈ ਬਿੱਲ ਜਦੋਂ ਪਾਸ ਹੁੰਦਾ ਜਿਹੜੀ ਸਰਕਾਰ ਹੈ ਉਹ ਆਪਣੇ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਕਿ ਲੋਕਾਂ ਨੂੰ ਇਹ ਦੱਸ ਸਕੇ ਵੀ ਇਹ ਜਿਹੜਾ ਵੀ ਅਸੀਂ ਕਾਨੂੰਨ ਪਾਸ ਕੀਤਾ ਇਹ ਦਰਸ ਕੀਤਾ। ਇੱਥੋਂ ਤੱਕ ਕਿ ਇਹਨਾਂ ਨੇ ਜਿਹੜੀ ਚਾਰਟਰਡ ਆਫ ਰਾਈਟਸ, ਕੈਨੇਡੀਅਨ ਚਾਰਟਰਡ ਆਫ ਰਾਈਟਸ ਤੇ ਜਿਹੜਾ ਕਬੈਕ ਚਾਰਟਰਡ ਆਫ ਰਾਈਟਸ ਹੈ ਉਹਨਾਂ ਦੀ ਵੀ ਇੱਕ ਕਿਸਮ ਦੀ ਇਨਡਾਇਰੈਕਟਲੀ ਉਲੰਘਣਾ ਕੀਤੀ ਗਈ ਹੈ। ਜੀ 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 ਜੀ, ਬਟ ਅਸੀਂ ਜਿਹੜੀ ਫੈਡਰਲ ਗਵਰਨਮੈਂਟ ਹੈ ਉਸ ਤੋਂ ਜਿੰਨਾ ਸਟਰੋਂਗ ਔਰ ਜਿੰਨਾ ਇਮੀਜੀਏਟ ਰਿਸਪੋਂਸ ਐਕਸਪੈਕਟ ਕੀਤਾ ਸੀਗਾ ਉਹਨਾਂ ਸਟਰੋਂਗ ਰਿਸਪੋਂਸ ਮਿਲਿਆ ਨਹੀਂ, ਉਸਦੀ ਕੀ ਵਜ੍ਹਾ? ਇਸ ਤਰ੍ਹਾਂ ਜੀ, ਇੱਕ
ਕਲਾਸ ਹੈਗੀ ਹੈ ਜਦੋਂ ਕੰਸਟੀਟਿਊਸ਼ਨ ਬਣਿਆ ਨਾ ਜੀ 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 ਤੇ ਕੰਸਟੀਟਿਊਸ਼ਨ ਬਣਨ ਦੇ ਵਿੱਚ ਵੇਲੇ ਹਰੇਕ ਸੂਬੇ ਨੂੰ ਇਹ ਅਧਿਕਾਰ ਦਿੱਤਾ ਸੀ ਕਿ ਜੇ ਸੂਬੇ ਦੇ ਵਿੱਚ ਕਿਸੇ ਦੇ ਵਿੱਚ ਕੋਈ ਪ੍ਰੋਬਲਮ ਹੈ ਕੋਈ ਐਮਰਜੈਂਸੀ ਹੈ ਜਾਂ ਕੋਈ ਸੂਬੇ ਦੇ ਹੱਕ ਚ ਜਿਹੜਾ ਨਹੀਂ ਜਾਂਦਾ ਜਿਹੜਾ ਬਿੱਲ ਹੈਗਾ ਜਾਂ ਕਲਾਸ ਹੈਗੀ ਆ ਜਾਂ ਸੂਬਾ ਚਾਹੁੰਦਾ ਕਿ ਇਸ ਤਰ੍ਹਾਂ ਦਾ ਕੋਈ ਕਾਨੂੰਨ ਪੇਸ਼ ਕਰਨਾ ਤਾਂ ਉਹਨੂੰ ਨੋਟ ਵਿਦ ਸਟੈਂਡਿੰਗ ਕਲਾਸ ਦੇ ਪ੍ਰੋਟੈਕਸ਼ਨ ਕਲਾਸ ਦੇ ਵਿੱਚ ਉਹ ਕਰ ਸਕਦਾ ਉਹ ਯੂਜ਼ ਕਰ ਸਕਦਾ ਨੋਟ ਵਿਦ ਸਟੈਂਡਿੰਗ ਕਲਾਸ ਜਿਹੜੀ ਕਿ ਵੈਸੇ ਤਾਂ ਇਹ ਕਿਸਮ ਦਾ ਇਨਡਾਇਰੈਕਟ ਅਬਿਊਜ਼ ਹੀ ਆ ਬਹੁਤ ਸਾਰੇ ਪਰ ਫਿਰ ਵੀ ਕਈ ਵਾਰੀ ਇਹਨਾਂ ਸੂਬੇ ਦੀਆਂ ਸਰਕਾਰਾਂ ਹੈ ਉਹ ਨੋਟ ਸਟੈਂਡਿੰਗ ਕਲਾਸ ਜਿਹੜੀ ਹੈਗੀ ਆ ਉਹ ਯੂਜ਼ ਕਰਦੀਆਂ ਉਹਨਾਂ ਨੂੰ ਕੋਰਟ ਦੇ ਵਿੱਚ ਵੀ ਚੈਲੰਜ ਨਹੀਂ ਕੀਤਾ ਜਾ ਸਕਦਾ ਤੇ ਇਹ ਇਹ ਜਿਹੜੀ ਨੋਟ ਵਿਦ ਸਟੈਂਡਿੰਗ ਕਲੋਜ਼ਿਜ਼ ਹੈਗੀਆਂ ਕਿਆ ਇਹ ਕੈਨੇਡੀਅਨ ਚਾਰਟਰ ਆਫ ਹਿਊਮਨ ਰਾਈਟਸ ਐਂਡ ਫਰੀਡਮ ਆਫ ਕਨਸਟੀਟਿਊਸ਼ਨ ਐਕਟ ਹੈ ਜੋ 1982 ਦਾ ਉਸ ਨੂੰ ਵਾਇਲੇਟ ਕਰ ਸਕਦੀਆਂ ਹਨ ਨਹੀਂ ਉਹ ਤਾਂ ਬਿਲਕੁਲ ਜੀ ਦਰਅਸਲ ਉਦੋਂ ਹੀ ਇਹ ਕਲਾਸ ਉਦੋਂ ਹੀ ਪਈ ਹੈ ਜੀ ਜਦੋਂ ਕਨਸਟੀਟਿਊਸ਼ਨ ਬਣਾਉਂਦੇ ਸੀ ਨਾ ਜਦੋਂ ਫਰੀਡਮ ਚਾਰਟਰ ਲੈ ਕੇ ਆਏ ਆ ਜੀ ਜੀ ਉਦੋਂ ਹੀ ਵੱਖਰੀਆਂ ਵੱਖਰੀਆਂ ਜਿਹੜੀਆਂ ਸਰਕਾਰਾਂ ਸੀ ਉਹਨੂੰ ਨਹੀਂ ਸੀ ਮੰਨਦੀਆਂ ਕਈ ਜਿਹੜੇ ਸੀਗੇ ਕੰਸਟੀਟਿਊਸ਼ਨ ਦੇ ਵਿੱਚ ਉਹ ਪਾਰਟਿਸਪੇਸ਼ਨ ਨਹੀਂ ਸੀ ਕਰਨਾ ਚਾਹੁੰਦੀਆਂ ਇਸ ਕਰਕੇ ਫਿਰ ਉਹਨਾਂ ਨੂੰ ਸਾਰਿਆਂ ਦੀ ਰਜਾਬੰਦੀ ਲੈਣੀ ਜ਼ਰੂਰੀ ਸੀ ਫਿਰ ਇਸ ਐਗਰੀਮੈਂਟ 'ਤੇ ਇਹ ਹੋਇਆ ਸੀਗਾ ਕਿ ਇਹਨਾਂ ਨੂੰ ਕਿਤੇ ਲੋੜ ਪੈਂਦੀ ਇਸ ਤਰ੍ਹਾਂ ਨੋਟ ਸਟੈਂਡਿੰਗ ਜਿਹੜੀ ਕਲਾਸ ਉਹ ਯੂਜ਼ ਕਰ ਸਕਦੇ ਆ ਅਤੇ ਅਗਰ ਅਗਰ ਫੈਡਰਲ ਗਵਰਨਮੈਂਟ ਇਸ 'ਤੇ ਕੋਈ ਐਕਟ ਨਹੀਂ ਕਰ ਸਕਦੀ ਕਿਆ ਤੁਸੀਂ ਸੋਚਦੇ ਹੋ ਕਿ ਉੱਥੇ ਦੀ ਕੋਰਟਾਂ ਜਿਹੜੀਆਂ ਹੈਗੀਆਂ ਉਹ ਇਸ ਦੇ ਵਿੱਚ ਕੋਈ ਕੋਈ ਰਿਸਪੈਕਟ ਦੇ ਸਕਣਗੀਆਂ ਲੋਕਾਂ ਨੂੰ ਇਨਡਾਇਰੈਕਟਲੀ ਵੈਸੇ ਜਦੋਂ ਨੋਟ ਸਟੈਂਡਿੰਗ ਕਲਾਸ ਜਿਹੜੀ ਕੰਸਟੀਟਿਊਸ਼ਨ ਦੇ ਵਿੱਚ ਹੈਗੀ ਆ ਜੀ ਤੇ ਉਹਨੂੰ ਕੋਰਟ ਵੀ ਜਿਹੜੀ ਹੈ ਚੈਲੇਂਜ ਨਹੀਂ ਕਰ ਸਕਦੀ ਅੱਛਾ ਗੁਰਬਖਸ਼ ਸਿੰਘ ਜੀ ਅਸੀਂ ਇਹ ਫਰਾਂਸ ਵਿੱਚ 2004 ਵਿੱਚ ਇੱਦਾਂ ਦਾ ਇੱਕ ਲਾਅ ਆਇਆ ਸੀਗਾ ਔਰ ਐਸੇ ਹੀ ਉਹਨਾਂ ਦੀ ਵੀ ਆਰਗੂਮੈਂਟ ਸੀ ਕਿ ਅਸੀਂ ਸੈਕੂਲਰਿਜ਼ਮ ਨੂੰ ਪ੍ਰਮੋਟ ਕਰ ਰਹੇ ਹਾਂ ਬਟ ਯੂਨਾਈਟਿਡ ਨੇਸ਼ਨਸ ਜਿਹੜੀ ਹਿਊਮਨ ਰਾਈਟਸ ਕਮੇਟੀ ਹੈ ਉਸਨੇ ਉਸਨੂੰ ਇਲੀਗਲ ਐਂਡ ਵਾਇਲੇਟਿਵ ਆਫ ਦਾ ਹਿਊਮਨ ਰਾਈਟਸ ਚਾਰਟਰ ਮੰਗਿਆ ਸੀਗਾ ਤੁਸੀਂ ਸੋਚਦੇ ਹੋ ਕਿ ਇੱਦਾਂ ਦਾ ਕੋਈ ਚੈਲੰਜ ਇਸ ਲਾਅ ਨੂੰ ਕੀਤਾ ਜਾ ਸਕਦਾ ਦੇਖੋ ਚੈਲੰਜ ਤਾਂ ਕੋਰਟ ਦੇ ਵਕੀਲ ਜਿਹੜੇ ਕਰ ਸਕਦੇ ਕਰਨ ਲੇਕਿਨ ਉਹਨਾਂ ਨੂੰ ਇਹਦੇ ਵਿੱਚ ਕੋਈ ਕਾਮਯਾਬੀ ਨਹੀਂ ਮਿਲਣੀ ਕਿਉਂਕਿ ਅਜੇ ਕਲਾਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਇਹ ਕਾਮਯਾਬੀ ਨਹੀਂ ਮਿਲਣੀ ਤੇ ਤੁਹਾਡਾ ਕਹਿਣਾ ਹੈ ਕਿ ਇਹ ਲਾਅ ਫਾਈਨਲ ਹੈ ਅਸੀਂ ਇਸ ਦੇ ਖਿਲਾਫ ਕੁਝ ਨਹੀਂ ਕਰ ਸਕਦੇ ਮੇਰੇ ਹਿਸਾਬ ਨਾਲ ਕਿਉਂਕਿ ਜਿਸ ਤਰ੍ਹਾਂ ਕੰਸਟੀਟਿਊਸ਼ਨ ਦੇਖਿਆ ਜਾਵੇ ਕਿ ਕੰਸਟੀਟਿਊਸ਼ਨ ਦੇ ਵਿੱਚ ਜਿਹੜੀ ਉਹਨਾਂ ਨੇ ਛੋੜ ਦਿੱਤੀ ਗਈ ਹੈ ਨੋਟ ਸਟੈਂਡਿੰਗ ਕਲਾਸ ਦੀ ਉਹਦੇ ਕਰਕੇ ਬੜਾ ਹੀ ਬਹੁਤ ਬਹੁਤ ਮੁਸ਼ਕਲ ਹੈ ਗੁਰਬਖਸ਼ ਸਿੰਘ ਜੀ 93 ਵਿੱਚ ਜਦ ਤੁਸੀਂ ਹਾਊਸ ਆਫ ਕਾਮਨਸ ਦੇ ਫਸਟ ਟਾਈਮ ਮੈਂਬਰ ਬਣੇ ਹੋ ਤੇ ਉੱਥੇ ਵੀ ਇੱਕ ਰੂਲ ਸੀਗਾ ਕਿ ਤੁਸੀਂ ਹੈੱਡਗੇਅਰ ਪਾ ਕੇ ਨਹੀਂ ਆ ਸਕਦੇ ਐਮ ਆਈ ਰਾਈਟ ਬਿਲਕੁਲ ਤੁਸੀਂ ਉਸਨੂੰ ਚੈਲੰਜ ਕੀਤਾ ਸੀ ਤੁਸੀਂ ਉਸਦੇ ਵਿੱਚ ਫਤਿਹ ਪਾਈ ਔਰ ਰੂਲ ਚੇਂਜ ਕਰਵਾਇਆ ਆਈ ਥਿੰਕ ਸਾਨੂੰ ਉਦਾਂ ਦੀ ਇੱਕ ਲੜਾਈ ਦੀ ਫਿਰ ਲੋੜ ਪੈਣੀ ਹੈ ਕਿਉਂਕਿ ਇੱਕ ਇੱਕ ਬੱਚਾ ਜੋ ਇਸ ਪ੍ਰੋਵਿੰਸ ਵਿੱਚ ਜੋ ਪੈਦਾ ਹੋਇਆ ਜੋ ਡਰੀਮ ਕਰਦਾ ਕਿ ਮੈਂ ਪੁਲਿਸ ਆਫਿਸਰ ਬਣਾ ਮੈਂ ਇੱਕ ਟੀਚਰ ਬਣਾ ਉਸਦੀ ਇਹ ਫਰੀਡਮ ਜਿਹੜੀ ਰਿਲੀਜੀਅਸ ਫਰੀਡਮ ਹੈ ਇਹ ਤੇ ਡਾਇਰੈਕਟਲੀ ਵਾਇਲੇਟ ਹੋ ਰਹੀ ਹੈ ਅਗਰ ਉਹ ਨਹੀਂ ਕਰ ਸਕਦਾ ਬਿਲਕੁਲ ਬਿਲਕੁਲ ਚਾਰਟਰਡ ਆਫ ਰਾਈਟਸ ਇਹ ਦੋਨਾਂ ਦੀ ਇਹ ਨਹੀਂ ਸਿਰਫ ਉਸ ਪ੍ਰੋਵਿੰਸ ਦੀ ਜੀ ਇਹ ਕੈਨੇਡੀਅਨ ਚਾਰਟਰਡ ਆਫ ਰਾਈਟਸ ਦੀ ਵੀ ਉਲੰਘਣਾ ਹੋ ਰਹੀ ਹੈ ਜੀ ਤੇ ਸੂਬੇ ਦੀ ਸਰਕਾਰ ਦੇ ਚਾਰਟਰਡ ਆਫ ਰਾਈਟਸ ਐਂਡ ਫਰੀਡਮ ਦੀ ਵੀ ਉਲੰਘਣਾ ਹੋ ਰਹੀ ਹੈ ਇੱਕ ਬਹੁਤ ਹੀ ਮੈਂ ਸਮਝਦਾ ਕਿ ਸਰਪ੍ਰਾਈਜ਼ ਗੱਲ ਹੈਗੀ ਹੈ ਦੇਖਣ ਨੂੰ ਕਿ ਦੋਨਾਂ ਪ੍ਰੋਵਿੰਸ ਦੀ ਤੇ ਸੂਬੇ ਦੀਆਂ ਜਿਹੜੀਆਂ ਚਾਰਟਰਡ ਆਫ ਰਾਈਟਸ ਉਹਨਾਂ ਦੀ ਉਲੰਘਣਾ ਹੈ ਜੀ 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 ਅਤੇ ਤੁਸੀਂ ਤੁਸੀਂ ਇਸ ਖਿਲਾਫ਼ ਕੋਈ ਕੋਈ ਮੂਵਮੈਂਟ ਵੇਖਦੇ ਹੋ ਸਾਡੀ ਕਮਿਊਨਿਟੀ ਤੋਂ ਮੁਸਲਿਮ ਕਮਿਊਨਿਟੀ ਤੋਂ ਜੂਇਸ਼ ਕਮਿਊਨਿਟੀ ਤੋਂ ਵੈਸੇ ਬਹੁਤ ਸਾਰੀਆਂ ਔਰਗਨਾਈਜੇਸ਼ਨਸ ਨੇ ਜਿਹੜੀਆਂ ਸਿਵਲ ਔਰਗਨਾਈਜੇਸ਼ਨਸ ਨੇ ਜਾਂ ਕੋਈ ਰਿਲੀਜੀਅਸ ਔਰਗਨਾਈਜੇਸ਼ਨ ਹੈ ਜੀ ਉਹ ਕੋਸ਼ਿਸ਼ ਤਾਂ ਕਰ ਰਹੀਆਂ ਕਾਫੀ ਪਟੀਸ਼ਨ ਵਗੈਰਾ ਦਾਇਰ ਕਰਕੇ ਹੋਰ ਪਰ ਮੇਰਾ ਖਿਆਲ ਹੈ ਵੀ ਜੇ ਉਹਨਾਂ ਨੇ ਹੁਣ ਇਹ ਕਰ ਹੀ ਦਿੱਤਾ ਪਿਛਲੇ ਸੰਡੇ ਨੂੰ ਪਾਸ ਤੇ ਹਜੇ ਤੇ ਟੂ ਅਰਲੀ ਟੂ ਸੇ ਕਿ ਇਹਦੇ ਵਿੱਚ ਕੋਈ ਆਪਣਾ ਮਾਇੰਡ ਗਵਰਨਮੈਂਟ ਪਾਸ ਕਰਤਾ ਮਾਇੰਡ ਚੇਂਜ ਕਰਨਾ ਬਹੁਤ ਮੁਸ਼ਕਲ ਇਹ ਪਹਿਲਾਂ ਤਾਂ ਵੀ ਇਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਉਹ ਜਿਹੜਾ ਪਾਰਟੀ ਹੈਗੀ ਹੈ ਕਿ ਇਹ ਮਿਨੋਰਿਟੀਜ਼ ਨੂੰ ਐਥਨਿਕ ਕਮਿਊਨਿਟੀਜ਼ ਨੂੰ ਬਾਹਲਾ ਫੇਵਰ ਨਹੀਂ ਕਰਦੀਆਂ ਬਾਹਲੀ ਉਹਨਾਂ ਨੂੰ ਮਤਲਬ ਵੈਲ ਰਿਸੀਵ ਨਹੀਂ ਕਰਦੀਆਂ ਗੁਰਬਖਸ਼ ਸਿੰਘ ਜੀ ਸਾਡੇ ਨਾਲ ਗੱਲ ਕਰਨ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਸੀਂ ਅਗਰ ਹੋਰ ਕੋਈ ਇਸਦੇ ਵਿੱਚ ਕੋਈ ਸਾਨੂੰ ਰਿਸਪੈਕਟ ਨਹੀਂ ਮਿਲਦੀ ਤਾਂ ਫਿਰ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਜਿਹੜੀ ਕੈਨੇਡਾ ਦੀ ਲੋਕਲ ਪਾਪੂਲੇਸ਼ਨ ਹੈ ਜਿਹੜੀ ਉੱਥੇ ਦੀ ਸਿਟੀਜ਼ਨਰੀ ਹੈ ਉਹ ਇਸ ਖਿਲਾਫ਼ ਖੜੀ ਹੋਏਗੀ ਔਰ ਇਸ ਨੂੰ ਰੂਲ ਆਊਟ ਕਰਵਾਏਗੀ ਬਿਲਕੁਲ
ਗੁਰਬਖਸ਼ ਸਿੰਘ ਜੀ, ਸਾਡੇ ਨਾਲ ਗੱਲ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਕੈਨੇਡਾ ਦੀ ਪਾਪੂਲੇਸ਼ਨ ਹੈ ਉਹ ਇਸ ਕਿਸਮ ਦੀ ਡਿਵਾਈਸਿਵ ਪੋਲਿਟਿਕਸ ਦੇ ਖਿਲਾਫ ਖੜੀ ਹੋਏਗੀ। ਬਿਲਕੁਲ ਜੀ, ਇਹ ਖੜੇ ਹੋਣਾ ਚਾਹੀਦਾ। ਤਾਂ ਮੈਂ ਤਾਂ ਇਹ ਕਹਿੰਦਾ ਵੀ ਫੈਡਰਲ ਸਰਕਾਰ ਨੂੰ ਵੀ ਜੀ, ਜੇ ਉਹ ਇਸ ਤਰ੍ਹਾਂ ਕਰ ਰਹੇ ਆਪਣਾ ਪਾਵਰ ਯੂਜ਼ ਕਰਦੇ, ਫੈਡਰਲ ਸਰਕਾਰ ਨੂੰ ਹੋਰ ਵੀ ਸਟੈਂਡ ਲੈਣਾ ਚਾਹੀਦਾ ਤਾਂ ਕਿ ਕਈ ਕਿਸਮ ਦੀਆਂ ਹੁੰਦੀਆਂ ਟ੍ਰਾਂਸਫਰ ਆਫ ਫੰਡਿੰਗ ਜੀ, ਟ੍ਰਾਂਸਫਰ ਆਫ ਫੰਡਿੰਗ, ਤੇ ਉੱਥੇ ਉਹ ਟ੍ਰਾਂਸਫਰ ਫੰਡਿੰਗ ਨੂੰ ਹੋਲਡ ਕਰਕੇ ਕਹਿਣ ਵੀ ਅਸੀਂ ਹੋਲਡ ਕਰਦੇ ਹਾਂ, ਜਦੋਂ ਤੁਸੀਂ ਆਪਣੀਆਂ ਜਿਹੜੀਆਂ ਚਾਰਟਰਡ ਫਰਾਈਸ ਦੀ ਤੁਸੀਂ ਉਲੰਘਣਾ ਕਰ ਰਹੇ ਹਾਂ ਜੀ, ਪ੍ਰੋਵਿੰਸ ਦੀ ਵੀ ਤੇ ਫੈਡਰਲ ਦੀ ਵੀ, ਇਸ ਕਰਕੇ ਅਸੀਂ ਜਿਹੜੇ ਫੰਡਿੰਗ ਹੈਗੀ ਕਿਸੇ ਕਿਸਮ ਦੇ ਫੰਡਿੰਗ ਹੋਲਡ ਕਰ ਲੈਣ, ਤੇ ਆਪੇ ਮੇਰੇ ਖਿਆਲ ਕੋਈ ਨਾ ਕੋਈ ਨੈਗੋਸ਼ੀਏਸ਼ਨ ਤਾਂ ਹੋਣ ਦਾ ਰਾਹ ਤਾਂ ਲੱਭੂਗਾ, ਨੈਗੋਸ਼ੀਏਸ਼ਨ ਹੋ ਸਕਦੀ ਹੈ ਫਿਰ ਜਦੋਂ ਉਹਨਾਂ ਦੀ ਕੋਈ ਫੰਡਿੰਗ ਜਿਹੜੀ ਉਹਨਾਂ ਨੇ ਹੋਲਡ ਕੀਤੀ। ਜੀ 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 ਜੀ, ਅਸੀਂ 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 ਤਾਂ ਇਹ ਵੇਖਦੇ ਹਾਂ ਕਿ ਕੈਨੇਡਾ ਵਿੱਚ ਪਰਟੀਕੁਲਰਲੀ ਜਿਹੜੀ ਸਿੱਖ ਕਮਿਊਨਿਟੀ ਦੀ ਕਾਫੀ ਇੱਕ ਐਕਟਿਵ ਇਨਵੋਲਵਮੈਂਟ ਹੈਗੀ ਹੈ ਉੱਥੇ ਦੇ ਪੋਲੀਟੀਕਲ ਸਟਰਕਚਰ ਵਿੱਚ, ਔਰ ਕਾਫੀ ਬੰਦੇ ਜਿਹੜੇ ਸਰੂਪ ਵਿੱਚ ਹਨ ਤੁਹਾਡੀ ਤਰ੍ਹਾਂ, ਤੁਹਾਡੇ ਡਿਫੈਂਸ ਮਿਨਿਸਟਰ ਸੱਜਣ ਸਿੰਘ ਜੀ ਦੀ ਤਰ੍ਹਾਂ, ਬਟ ਫਿਰ ਵੀ ਇਹ ਜਿਹੜੀ ਡਿਵਲਪਮੈਂਟ ਹੈ ਇਹ ਬੜੀ ਮੰਦਭਾਗੀ ਹੈ, ਔਰ ਬੜੀ ਇੱਕ ਬੈਕਵਰਡ ਡਾਇਰੈਕਸ਼ਨ ਵਿੱਚ ਜਾਣ ਵਾਲੀ ਹੈ। ਆਈ ਹੋਪ ਕਿ ਕੈਨੇਡਾ ਇਸ ਦੇ ਖਿਲਾਫ ਖੜ੍ਹਾ ਹੋਏ ਔਰ ਆਪਣੀ ਜਿਹੜੀ ਪੋਜੀਸ਼ਨ ਹੈ ਇਨ ਦ ਵਰਲਡ ਉਸਨੂੰ ਬਰਕਰਾਰ ਰੱਖੇ ਐਜ਼ ਅ ਲਿਬਰਲ ਐਂਡ ਅ ਪ੍ਰੋਗਰੈਸਿਵ ਨੇਸ਼ਨ। ਮੈਂ ਤਾਂ ਇਹ ਦੇਖਦਾ ਜੀ, ਮੈਂ ਤਾਂ ਇਹ ਸੋਚ ਰਿਹਾ ਦੇਖ ਰਿਹਾ ਜੀ ਕਿ ਇਹ ਹਜ਼ਾਰਾਂ ਸਾਲ ਪੁਰਾਣੀ ਟ੍ਰੈਡੀਸ਼ਨ ਬੈਕ ਲਿਆ ਰਹੇ, ਹਜ਼ਾਰਾਂ ਸਾਲ ਪੁਰਾਣੀ ਟ੍ਰੈਡੀਸ਼ਨ, ਜਿੱਥੇ ਕਿ ਹੁਣ ਅਸੀਂ ਆਪਾਂ ਕਿੱਥੇ ਪਹੁੰਚੇ ਹੈ, ਦੁਨੀਆਂ ਸਾਰੀ ਕਿੱਥੇ ਪਹੁੰਚੀ ਹੈ, ਕਿੰਨਾ ਕਿੰਨਾ ਵੱਡੀ ਚੇਂਜ ਆਈ ਹੈ, ਕਿੰਨੀ ਵੱਡੀ ਡਿਵੈਲਪਮੈਂਟ ਕੀਤੀ ਹੈ, ਪਰ ਅਸੀਂ ਇੱਕ 11 ਸਾਲ ਪੁਰਾਣੀ ਟ੍ਰੈਡੀਸ਼ਨ ਨੂੰ ਫਿਰ ਲਿਆ ਰਹੇ ਹੈ, ਸਿਰਫ ਇਸੇ ਕਰਕੇ ਕਿ ਇਹ ਜਿਹੜੀ ਸਮਾਲ ਮਿਨੋਰਟੀਜ਼ ਆ ਉਹਨਾਂ ਨੂੰ ਇਹ ਲਾਈਕ ਨਹੀਂ ਕਰਦੇ। ਪਰ ਹਾਂਜੀ, ਔਰ ਉਹ ਵੀ ਬੜਾ ਮੰਦ ਪਾ ਗਿਆ ਕਿ ਇਹ ਜਿਹੜੀ ਬੈਕਵਰਡ ਡਿਵਲਪਮੈਂਟ ਹੈ ਇਹ ਕੈਨੇਡਾ ਵਿੱਚ ਹੋ ਰਹੀ ਹੈ, ਜਿਸ ਨੂੰ ਅਸੀਂ ਸਾਰੀ ਡਿਵਲਪਮੈਂਟ ਦੇ ਫੋਰਫਰੰਟ 'ਤੇ ਦੇਖਦੇ ਹਾਂ, ਹਰ ਪ੍ਰੋਗਰੈਸ ਦੀ ਫੋਰਫਰੰਟ 'ਤੇ ਦੇਖਦੇ ਹਾਂ। ਗੁਰਬਖਸ਼ ਸਿੰਘ ਜੀ, ਸਾਡੇ ਨਾਲ ਗੱਲ ਕਰਨ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਬਹੁਤ ਬਹੁਤ ਧੰਨਵਾਦ, ਜਸ ਪੰਜਾਬੀ ਰੇਡੀਓ ਐਂਡ ਟੀ ਵੀ ਪ੍ਰੋਗਰਾਮ ਦੇ ਜਿੰਨੇ ਵੀ ਸੰਚਾਲਕ ਹੈ ਉਹ ਬਹੁਤ ਵਧੀਆ ਪ੍ਰੋਗਰਾਮ ਦਿੰਦੇ, ਮੈਂ ਸੁਣਦਾ ਵੀ ਹਾਂ, ਕਈ ਵਾਰੀ ਮੈਨੂੰ ਮੌਕਾ ਮਿਲਦਾ ਅਤੇ ਬੜੀ ਜਾਣਕਾਰੀ ਤੁਸੀਂ ਅੱਜ ਵੀ ਤੁਸੀਂ ਦੇ ਰਹੇ ਹੋ, ਜਾਣਕਾਰੀ ਬੜੀ ਜਾਣਕਾਰੀ ਦਿੰਦੇ, ਅਵੇਅਰਨੈਸ ਲਿਆਉਂਦੇ ਲੋਕਾਂ ਦੇ ਵਿੱਚ ਕਿ ਦੁਨੀਆਂ ਭਰ ਦੇ ਵਿੱਚ, ਨਾ ਕਿ ਸਿਰਫ ਅਮੈਰੀਕਾ ਦੇ ਵਿੱਚ ਹੀ, ਦੁਨੀਆਂ ਭਰ 'ਚ ਕੀ ਵਾਪਰ ਰਿਹਾ, ਕੀ ਮੁਸ਼ਕਲਾਂ ਆਉਂਦੀਆਂ ਕਮਿਊਨਿਟੀਜ਼ ਨੂੰ, ਤੁਸੀਂ ਬੜੀ ਅਵੇਅਰਨੈਸ ਲਿਆਉਂਦੇ ਹੋ, ਇਹ ਨਾ ਸਿਰਫ ਅਮੈਰੀਕਾ ਬਾਰੇ, ਕੈਨੇਡਾ ਬਾਰੇ, ਪਰ ਦੁਨੀਆਂ ਬਾਰੇ ਵੀ, ਪੰਜਾਬ ਬਾਰੇ, ਭਾਰਤ ਬਾਰੇ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਆਸ ਕਰਦਾ ਕਿ ਇਸੇ ਤਰ੍ਹਾਂ ਹੀ ਤੁਸੀਂ ਜਿਹੜੇ ਆਪਣੇ ਸਰੋਤੇ ਆ ਜਾਂ ਦਰਸ਼ਕ ਆ ਟੀ ਵੀ ਦੇ ਜਾਂ ਰੇਡੀਓ ਦੇ ਸਰੋਤੇ, ਉਹਨਾਂ ਰਾਹੀਂ ਵੀ ਉਹਨਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਦਿੰਦੇ ਰਹੋਗੇ ਤਾਂ ਕਿ ਲੋਕਾਂ ਦੀ ਜਾਣਕਾਰੀ ਵੱਧ ਸਕੇ ਅਤੇ ਉਹਨਾਂ 'ਚ ਹੋਰ ਵੀ ਅਵੇਅਰਨੈਸ ਪਾ ਸਕੇ। ਬਹੁਤ ਬਹੁਤ ਸ਼ੁਕਰੀਆ, ਅਸੀਂ ਤੁਹਾਡੇ ਨਾਲ ਗੱਲ ਕਰਦੇ ਰਹਾਂਗੇ ਛੋਟੀ ਜਿਹੀ ਬ੍ਰੇਕ ਦੇ ਬਾਅਦ। ਦ ਵੇ ਫੋਰਵਰਡ ਇਜ਼ ਤੁਹਾਡਾ ਫਿਰ ਤੋਂ ਸਵਾਗਤ ਹੈ, ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਅੱਜ ਅਸੀਂ ਗੱਲ ਕਰਾਂਗੇ ਸਮਾਲ ਬਿਜ਼ਨਸ ਲੋਨਸ ਬਾਰੇ। ਅੱਜ ਸਾਡੇ 'ਚ ਸ਼ਾਮਿਲ ਹਨ ਸ਼੍ਰੀ ਗੌਰਵ ਅਰੋੜਾ, ਜੋ ਕਿ ਇੱਕ ਕਾਰਪੋਰੇਟ ਬੈਂਕਰ ਹਨ ਔਰ ਇੱਕ ਮੋਰਗੇਜ ਲੈਂਡਿੰਗ ਕੰਪਨੀ ਈਜ਼ੀ ਮੋਰਗੇਜ ਦੇ ਪ੍ਰੈਜ਼ੀਡੈਂਟ ਐਂਡ ਸੀਈਓ ਹਨ। ਗੌਰਵ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਪ੍ਰੋਗਰਾਮ 'ਤੇ ਇਨਵਾਈਟ ਕਰਨ ਦਾ।
ਗੁਰਵ ਜੀ, ਸਾਡੀ ਕਮਿਊਨਿਟੀ ਨੂੰ ਬੜੀ ਜ਼ਰੂਰਤ ਹੈ ਸਮਝਣ ਦੀ, ਜਿਹੜੇ ਸਮਾਲ ਬਿਜ਼ਨਸ ਲੋਨਸ ਹਨ ਉਸਦੇ ਕੀ ਬੈਸਟ ਸੋਰਸਿਸ ਹਨ, ਕਿੱਥੋਂ ਆਪਾਂ ਅਵੇਲ ਕਰ ਸਕਦੇ ਹਾਂ, ਔਰ ਕਿਉਂ ਸਾਨੂੰ ਇੰਨੀ ਡਿਫੀਕਲਟੀਜ਼ ਆਉਂਦੀਆਂ ਇਹ ਲੋਨਸ ਅਵੇਲ ਕਰਨ ਵਿੱਚ ਇਸ ਕੰਟਰੀ ਵਿੱਚ, ਪਰਟੀਕੁਲਰਲੀ ਨਿਊਯਾਰਕ ਵਿੱਚ ਜਿਹੜਾ ਫਾਈਨੈਂਸ ਦਾ ਕੈਪੀਟਲ ਬਣਿਆ ਜਾਂਦਾ ਦੁਨੀਆ ਵਿੱਚ। ਤੁਸੀਂ ਬਿਫੋਰ ਵੀ ਸਟਾਰਟ, ਤੁਸੀਂ ਸਾਨੂੰ ਦੱਸੋਗੇ ਕਿ ਬੈਂਕਿੰਗ ਦੀ ਲੈਂਗੁਏਜ ਵਿੱਚ ਸਮਾਲ ਬਿਜ਼ਨਸ ਲੋਨ ਕਿਸ ਨੂੰ ਕਿਹਾ ਜਾਂਦਾ ਹੈ? ਹਰਜੋਤ ਜੀ, ਇਹ ਬਹੁਤ ਵਧੀਆ ਕੁਐਸਚਨ ਹੈ। ਇਹਦੀ ਕਨਫਿਊਜ਼ਨ ਸਾਡੀ ਕਮਿਊਨਿਟੀ 'ਚ ਇਹਦੀ ਅਕਰੋਸ ਦ ਬੋਰਡ ਸਭ ਦੇ ਨਾਲ ਰਹਿੰਦਾ ਹੈ ਕਿ ਵਟ ਇਜ਼ ਕੰਸਿਡਰਡ ਐਜ਼ ਸਮਾਲ ਬਿਜ਼ਨਸ ਲੋਨ। ਬੈਂਕਿੰਗ ਲੈਂਗੁਏਜ 'ਚ ਬੈਂਕ ਦੇ ਸਾਈਜ਼ ਦੇ ਹਿਸਾਬ ਨਾਲ ਡਿਫਾਈਨ ਹੁੰਦਾ ਹੈ ਕਿ ਸਮਾਲ ਬਿਜ਼ਨਸ ਲੋਨ ਕੀ ਹੈ। ਅਮੈਰੀਕਾ 'ਚ ਬਹੁਤ ਵੱਖਰੇ ਵੱਖਰੇ ਤਰ੍ਹਾਂ ਦੇ ਬੈਂਕ ਨੇ, ਜੋ ਕਮਿਊਨਿਟੀ ਬੈਂਕ ਕਹਿੰਦੇ ਹਾਂ ਅਸੀਂ, ਅਸੀਂ ਨੇਬਰਹੁੱਡ ਕ੍ਰੈਡਿਟ ਯੂਨੀਅਨ ਕਹਿੰਦੇ ਹਾਂ, ਅਸੀਂ ਬਿਗ ਬੈਂਕ ਲਾਈਕ JP ਮੋਰਗਨ 'ਚ ਸਿਟੀ ਬੈਂਕ ਦੀ ਗੱਲ ਕਰਦੇ ਹਾਂ। ਤਾਂ ਮੈਜੋਰਿਟੀ ਸਾਰੇ ਬੈਂਕਾਂ ਲਈ ਸਮਾਲ ਬਿਜ਼ਨਸ ਲੋਨ ਦੀ ਡੈਫੀਨੇਸ਼ਨ ਹੈ 50,000 ਤੋਂ ਲੈ ਕੇ $5 to $7 million ਤੱਕ। ਅੱਛਾ ਜੀ। ਤਾਂ ਇਹਦੇ ਔਰ ਜਿਹਦੀ ਜੋ ਕੰਪਨੀ ਜਿਹਦਾ ਰੈਵਨਿਊ ਜਿੱਦਾਂ ਐਨੂਅਲ ਟਰਨਓਵਰ ਜਰਨਲੀ $1-2 lakh ਤੋਂ ਲੈ ਕੇ $10 million, $15 million, $20 million ਤੋਂ ਤੱਕ ਹੁੰਦਾ ਹੈ, ਉਹਨੂੰ ਕੰਸਿਡਰ ਕਰਦੇ ਹਾਂ ਉਹ ਸਮਾਲ ਬਿਜ਼ਨਸ ਲੈਂਡਿੰਗ ਦੇ ਅੰਦਰ। ਅੱਛਾ, ਓਕੇ। ਗੌਰਵ ਜੀ, ਸਾਨੂੰ ਦੱਸੋਗੇ ਇਹ ਜਿਹੜਾ ਸਮਾਲ ਬਿਜ਼ਨਸ ਲੋਨ ਹੈ, ਇਹ ਕਿਸ ਕਿਸ ਪਰਪਜ਼ ਲਈ ਇੱਕ ਬਿਜ਼ਨਸ ਜਿਹੜਾ ਹੈ ਉਹ ਲੈ ਸਕਦਾ ਹੈ? ਕਿਆ ਇੱਕ ਨਵਾਂ ਬਿਜ਼ਨਸ ਸਟਾਰਟ ਕਰਨ ਲਈ, ਰੈਨੋਵੇਸ਼ਨਸ ਲਈ, ਨਵੇਂ ਇਕੁਪਮੈਂਟ ਲਈ ਕੋਈ ਰਿਕੁਆਇਰਮੈਂਟ ਹੈਗੀ ਹੈ ਜਿੱਥੇ ਲੋਨ ਮਿਲਦਾ ਹੈ? ਇਹ ਕੁਐਸਚਨ ਜਨਰਲੀ ਰੋਜ਼ ਮੇਰੇ ਤੋਂ ਪੁੱਛਿਆ ਜਾਂਦਾ ਹੈ, ਮੈਜੋਰਿਟੀ ਕਲਾਇੰਟਸ ਇਹੀ ਹੈ। ਔਰ ਜ਼ਿਆਦਾ ਤੋਂ ਜ਼ਿਆਦਾ ਲੋਕ ਜੋ ਕਿ ਆਪਣਾ ਨਿਆ ਬਿਜ਼ਨਸ ਸ਼ੁਰੂ ਕਰਦੇ ਹਾਂ, ਇਹ ਕਨਫਿਊਜ਼ ਹੁੰਦੇ ਹੈ ਕਿ ਸਮਾਲ ਬਿਜ਼ਨਸ ਲੋਨ ਲਈ ਉਹ ਐਲੀਜੀਬਲ ਹੈਗੇ ਨੇ ਜਾਂ ਨਹੀਂ ਹੈਗੇ ਨੇ। ਸਮਾਲ ਬਿਜ਼ਨਸ ਲੋਨ ਗੌਰਮੈਂਟ ਦੇ ਹਿਸਾਬ ਨਾਲ ਸਭ ਲਈ ਐਲੀਜੀਬਲ ਹੈ। ਹਰ ਕੰਪਨੀ ਜੋ ਬਿਜ਼ਨਸ ਹੈਗੀ ਹੈ, ਜੋ ਰਜਿਸਟਰਡ ਕਾਰਪੋਰੇਸ਼ਨ ਹੈਗੀ ਹੈ, ਉਹਦੇ ਲਈ ਉਹ ਐਲੀਜੀਬਲ ਹੈਗੇ ਨੇ। ਮਗਰ ਮਾਰਕੀਟ 'ਚ ਵੱਖਰੇ ਵੱਖਰੇ ਤਰੀਕੇ ਦੇ ਲੈਂਡਿੰਗ ਇੰਸਟੀਟਿਊਸ਼ਨ ਨੇ ਜੀ। ਵੱਡੇ ਬੈਂਕ ਨਈ ਸਟਾਰਟਅਪ ਜਿਹਨੂੰ ਅਸੀਂ ਕਹਿੰਦੇ ਹਾਂ ਅੱਜ ਕੱਲ੍ਹ, ਉਹਨਾਂ ਨੂੰ ਲੈਂਡ ਨਹੀਂ ਕਰਨਾ ਚਾਹੁੰਦੇ ਜਿਨ੍ਹਾਂ ਨੇ ਆਪਣਾ ਕੰਮ ਹੁਣੇ ਹੀ ਸ਼ੁਰੂ ਕੀਤਾ ਹੈ। ਤਾਂ ਇਸ ਕੰਮ ਲਈ ਗੌਰਮੈਂਟ ਨੇ ਇੱਕ ਬਹੁਤ ਚੰਗਾ ਪ੍ਰੋਵੀਜ਼ਨ ਬਣਾਇਆ ਹੈ ਜਿਹਨੂੰ ਕਹਿੰਦੇ ਹੈ SBA, ਇੱਕ ਗੌਰਮੈਂਟ ਬੋਡੀ ਹੈ ਜਿਹਨੂੰ ਕਹਿੰਦੇ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ। ਇਹ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਕੰਮ, ਲੋਕਾਂ ਦੀ ਗਲਤਫਹਿਮੀ ਦੂਰ ਕਰਨਾ ਚਾਹਾਂਗਾ, ਕੰਮ ਲੈਂਡ ਕਰਨਾ ਨਹੀਂ ਹੈ। ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਉਸ ਪੈਸੇ ਨੂੰ ਜੋ ਬੈਂਕ ਤੁਹਾਨੂੰ ਫਾਈਨੈਂਸ ਕਰਦਾ ਹੈ ਉਹਨੂੰ ਇਨਸ਼ੋਰ ਕਰਨਾ। ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ SBA ਕੋਲ ਜਾ ਕੇ ਲੋਨ ਅਪਲਾਈ ਕਰ ਸਕਦੇ ਹਾਂ, SBA ਸਿੱਧੀ ਐਪਲੀਕੇਸ਼ਨ ਨਹੀਂ ਲੈਂਦਾ। SBA ਲੋਨ ਕਿਸ ਚੀਜ਼ ਨੂੰ ਕਹਿੰਦੇ ਨੇ ਜੋ ਇਨਸ਼ੋਰਡ ਹੈ? ਜੋ ਗਵਰਨਮੈਂਟ ਇਨਸ਼ੋਰ ਕਰਦੀ ਹੈ ਜਿਸ ਲੋਨ ਨੂੰ ਜੀ, ਉਹਨੂੰ SBA ਲੋਨ ਕਹਿੰਦੇ ਨੇ। ਔਰ ਇਹ ਲੋਨ ਬੈਂਕ ਆਪਣੇ ਆਪ ਲੈ ਕੇ SBA ਕੋਲ ਜਾਂਦਾ ਹੈ ਔਰ ਕਹਿੰਦਾ ਹੈ ਜੀ ਇਹ ਲੋਨ ਤੁਸੀਂ ਇਨਸ਼ੋਰ ਕਰੋ। ਅੱਛਾ। ਔਰ ਉਹਦੀ ਇੱਕ ਫੀ ਹੁੰਦੀ ਹੈ, ਜੋ ਜ਼ਿਆਦਾਤਰ ਲੋਨ ਫੰਡ ਹੁੰਦਾ ਹੈ ਤਾਂ ਉਹ ਫੀ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਨੂੰ ਜਾਂਦੀ ਹੈ, ਜੋ ਕਿ ਇੰਸ਼ੋਰੈਂਸ ਫੀ ਜਾਂ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਫੀ, ਤੁਸੀਂ ਕੁਛ ਵੀ ਕਹਿ ਸਕਦੇ ਹੋ ਉਹਨੂੰ। ਅਤੇ ਇਹ ਜਿਹੜਾ ਸਮਾਲ ਬਿਜ਼ਨਸ ਲੋਨ ਨੂੰ ਅਪਰੂਵ ਕਰਨ ਦਾ ਪ੍ਰੋਸੈਸ ਹੈ, ਉਸ ਦੇ ਵਿੱਚ SBA ਵੀ ਇਨਵੋਲਵਡ ਹੈ? ਇਜ਼ ਦੇਅਰ ਏ ਪਾਰਟ ਆਫ ਦ ਪ੍ਰੋਸੈਸ? ਐਬਸੋਲੂਟਲੀ। ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਕੁਝ ਗਾਈਡਲਾਈਨਸ ਹੈ, ਜਿਸ ਤਰ੍ਹਾਂ ਬੈਂਕ ਦੀ ਆਪਣੀ ਲੈਂਡਿੰਗ ਗਾਈਡਲਾਈਨਸ ਹੁੰਦੀ ਹੈ। ਤੋ ਅਗਰ ਬੈਂਕ ਨੇ ਉਹਨਾਂ ਨੂੰ ਫੰਡ ਕਰਨਾ ਹੈ ਤਾਂ ਉਹਨਾਂ ਨੂੰ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਗਾਈਡਲਾਈਨਸ ਦੇ ਹਿਸਾਬ ਨਾਲ ਹੀ ਲੈਂਡ ਕਰਨਾ ਪਏਗਾ। ਬਟ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਵੱਡੇ ਬੈਂਕਸ ਹਨ ਉਹ ਨਵੀਂ ਸਟਾਰਟਅਪਸ ਨੂੰ ਪੈਸਾ ਦੇਣ ਵਿੱਚ ਥੋੜ੍ਹਾ ਵੀ ਕੈਨ ਅੰਡਰਸਟੈਂਡ ਥੋੜ੍ਹਾ ਹਿਚਕਾਉਂਦੇ ਬਿਕੋਜ਼ ਦੇ ਡੋਂਟ ਹੈਵ ਅ ਬਿਜ਼ਨਸ ਹਿਸਟਰੀ। ਅਤੇ ਜਿਹੜੀ ਇੱਕ ਐਗਜ਼ਿਸਟਿੰਗ ਬਿਜ਼ਨਸ ਹੈ ਬਟ ਇੱਕ ਸਮਾਲ ਬਿਜ਼ਨਸ ਹੈ ਔਰ ਉਸਨੂੰ ਆਪਣੀ ਇਕੁਇਪਮੈਂਟ ਲਈ, ਰੈਨੋਵੇਸ਼ਨਸ ਲਈ ਪੈਸਾ ਚਾਹੀਦਾ ਹੈ, ਉਸ ਵਾਸਤੇ ਬੈਸਟ ਸੋਰਸਿਸ ਕੀ ਹਨ? ਉਹਦੇ ਲਈ ਉਸ ਤੋਂ ਬੈਟਰ ਸੋਰਸ ਹੈ ਇਕੁਇਪਮੈਂਟ ਲੀਜ਼ਿੰਗ। ਇਹ ਬਹੁਤ ਵਧੀਆ ਮੈਕਨਿਜ਼ਮ ਹੈ ਜੋ ਕਿ ਸਟਾਰਟਅਪ ਬਿਜ਼ਨਸ ਜਿਨ੍ਹਾਂ ਦਾ ਪਰਸਨਲ ਕ੍ਰੈਡਿਟ, ਬਿਜ਼ਨਸ ਕ੍ਰੈਡਿਟ ਚੰਗਾ ਹੈਗਾ, ਉਹ ਇਕੁਇਪਮੈਂਟ ਲੀਜ਼ਿੰਗ ਲਈ ਅਪਲਾਈ ਕਰ ਸਕਦੇ ਹੈ ਹਰ ਸਟਾ। ਔਰ ਉਹਦੇ ਨਾਲ ਦ ਬੈਸਟ ਚੀਜ਼ ਹੁੰਦੀ ਕੀ ਹੈ ਕਿ ਬਿਜ਼ਨਸ ਲਈ ਇਹ ਫਿਕਸਡ ਐਕਸਪੈਂਸ ਨਹੀਂ ਬਣਦਾ, ਉਹ ਮੰਥਲੀ ਰੈਂਟਲ ਦੇ ਤਰੀਕੇ ਨਾਲ ਯੂਜ਼ ਹੋ ਜਾਂਦਾ ਹੈ ਔਰ ਆਪਣੀ ਉਹ ਪ੍ਰੋਫਿਟ ਐਂਡ ਲੋਸ 'ਚ ਉਹਨੂੰ ਐਜ਼ ਐਨ ਐਕਸਪੈਂਸ ਰਾਈਟ ਆਫ ਕਰ ਸਕਦੇ ਨੇ।
ਔਰ ਬਿਜ਼ਨਸ ਇਕੁਇਪਮੈਂਟ ਲੀਜ਼ ਫਿਊਚਰ 'ਚ ਜਾ ਕੇ ਜਦ ਤੁਹਾਡਾ ਬਿਜ਼ਨਸ ਇਸਟੈਬਲਿਸ਼ ਹੋ ਜਾਏ ਤਾਂ ਤੁਸੀਂ ਉਹ ਬਾਏ ਬੈਕ ਕਰਕੇ ਉਹਨੂੰ ਆਪਣੇ ਨਾਲ ਆਪਣੀ ਬੁੱਕਸ 'ਚ ਔਰ ਖਰੀਦ ਵੀ ਸਕਦੇ ਹੋ। ਇਹ ਤੁਸੀਂ ਬੜੀ ਅੱਛੀ ਗੱਲ ਦੱਸੀ ਗੌਰਵ ਜੀ। ਅਗਰ ਇੱਕ ਬਿਜ਼ਨਸ ਨੂੰ ਸਮਾਲ ਬਿਜ਼ਨਸ ਨੂੰ ਲੋਨ ਚਾਹੀਦਾ ਹੈ ਅਤੇ ਟ੍ਰੈਡੀਸ਼ਨਲੀ ਜਿਹੜੇ ਸਾਡੇ ਕੋਲ ਸੋਰਸਿਸ ਹਨ ਜਾਂ ਅਸੀਂ ਬੈਂਕਸ ਕੋਲ ਜਾਂਦੇ ਹਾਂ ਜਾਂ ਅਸੀਂ ਕ੍ਰੈਡਿਟ ਯੂਨੀਅਨਸ ਕੋਲ ਜਾਂਦੇ ਹਾਂ, ਕੁਛ ਨਾ ਹੋਏ ਤਾਂ ਅਸੀਂ ਰਿਸ਼ਤੇਦਾਰਾਂ ਕੋਲ ਜਾਂਦੇ ਹਾਂ, ਤੁਸੀਂ ਸਾਨੂੰ ਇਹ ਦੱਸੋਗੇ ਕਿ ਵੋਟ ਵੁੱਡ ਬੀ ਦਾ ਬੈਸਟ ਸੋਰਸ ਫੋਰ ਸਮਬਡੀ ਇਨ ਦਿਸ ਪੋਜੀਸ਼ਨ ਟੂ ਗੈਟ ਅ ਲੋਨ? ਜੀ, ਸਮਾਲ ਬਿਜ਼ਨਸ ਲੋਨ ਅੱਜ ਕੱਲ੍ਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੇ ਫੀਲਡ 'ਚ ਅਪਲਾਈ ਕਰਦੇ ਹੋ। ਤੁਹਾਡੀ ਪ੍ਰੋਫੈਸ਼ਨਲ ਪ੍ਰੈਕਟਿਸ ਹੈ ਤਾਂ ਉਹਦੇ ਲਈ ਗੌਰਮੈਂਟ ਨੇ ਅਲੱਗ ਰਿਸੋਰਸਿਸ ਕ੍ਰੀਏਟ ਕੀਤੇ ਨੇ। ਤੁਸੀਂ ਵੇਅਰ ਹਾਊਸਿੰਗ 'ਤੇ ਜਾਣਾ ਚਾਹੁੰਦੇ ਹੋ ਤਾਂ ਉਹਦੇ ਲਈ ਅਲੱਗ ਪ੍ਰੋਵੀਜ਼ਨ ਹੈਗੇ ਨੇ। ਤੁਸੀਂ ਟਰੈਕਿੰਗ 'ਚ ਜਾਣਾ ਚਾਹੁੰਦੇ ਹੋ, ਵਿੱਚ ਆਪਣੇ ਭਰਾ ਬਹੁਤ ਜਾਂਦੇ ਨੇ ਤਾਂ ਉਹਦੇ ਲਈ ਅਲੱਗ ਸੋਰਸਿਸ ਹੈ। ਤਾਂ ਇਹਦਾ ਆਨਸਰ ਸਿੱਧਾ ਕਰਨਾ ਬਹੁਤ ਔਖਾ ਹੈਗਾ, ਬਟ ਅਗਰ ਕਿਸੇ ਨੂੰ ਫਿਊਚਰ 'ਚ ਇਹਦਾ ਸਿੱਧਾ ਆਨਸਰ ਚਾਹੀਦਾ ਹੈ ਤਾਂ ਤੁਹਾਡੇ ਸ਼ੋਅ 'ਚ ਕੁਐਸਚਨ ਪੁੱਛ ਸਕਦਾ ਔਰ ਮੈਂ ਫਿਰ ਉਹਦਾ ਸਿੱਧਾ ਜਵਾਬ ਵੀ ਦੇ ਸਕਦਾ। ਬਟ ਤੁਹਾਡਾ ਕਹਿਣਾ ਹੈ ਕਿ ਇਹ ਇੰਡਸਟਰੀ ਸਪੈਸੀਫਿਕ? ਬਹੁਤ ਜ਼ਿਆਦਾ ਇੰਡਸਟਰੀ ਸਪੈਸੀਫਿਕ ਹੈ। ਇਹ ਗਲਤ ਫਹਿਮੀ ਹੈਗੀ ਹੈ ਕਿ ਅਗਰ ਇੱਕ ਬੰਦੇ ਨੂੰ ਲੋਨ ਮਿਲ ਗਿਆ ਜੋ ਕਿ ਸਮਝੋ ਡਾਕਟਰ ਦੀ ਪ੍ਰੈਕਟਿਸ ਸ਼ੁਰੂ ਕਰਨਾ ਚਾਹੁੰਦਾ ਹੈ ਔਰ ਦੂਜਾ ਬੰਦਾ ਜੋ ਟਰੱਕ ਕੰਪਨੀ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਇੱਕ ਨੂੰ ਮਿਲ ਜਾਏਗਾ ਤਾਂ ਦੂਜੇ ਨੂੰ ਮਿਲੇਗਾ ਹੀ ਮਿਲੇ। ਇਹ ਸਾਰਾ ਕੁਝ ਇੰਡਸਟਰੀ ਸਪੈਸੀਫਿਕ ਹੈ, ਇਹ ਸਾਰਾ ਕੁਝ ਕ੍ਰੈਡਿਟ ਸਪੈਸੀਫਿਕ ਹੈ ਕਿਉਂਕਿ ਇਹਦੇ ਪਿੱਛੇ ਰਿਸਕ ਜੋ ਬਹੁਤ ਵੱਡਾ ਐਲੀਮੈਂਟ ਹੈ ਉਹ ਬੈਂਕ ਔਰ SBA ਦੋਨੋਂ ਮਿਲ ਕੇ ਉਹਦੀ ਕੈਲਕੂਲੇਸ਼ਨ ਕਰਦੇ ਹਾਂ। ਜੀ ਗੌਰਵ ਜੀ, ਲੇਮੈਨ ਟਰਮਸ ਵਿੱਚ ਬੈਂਕ ਔਰ ਕ੍ਰੈਡਿਟ ਯੂਨੀਅਨ ਵਿੱਚ ਕੀ ਫਰਕ ਹੈ? ਲੇਮੈਨ ਟਰਮਸ 'ਚ ਬੈਂਕ ਔਰ ਕ੍ਰੈਡਿਟ ਯੂਨੀਅਨ ਦੀ ਇੱਕ ਲਿਮਿਟੇਸ਼ਨ ਹੈ, ਬੈਂਕ ਦੀ ਜੋ ਨਹੀਂ ਹੈ। ਕ੍ਰੈਡਿਟ ਯੂਨੀਅਨ ਇੱਕ ਛੋਟੇ ਏਰੀਆ ਸਪੈਸੀਫਿਕ ਏਰੀਆ ਦੇ ਅੰਦਰ ਹੀ ਓਪਰੇਟ ਕਰ ਸਕਦਾ ਹੈ। ਉਹਨਾਂ ਦੀ ਰਿਸਕ ਟੇਕਿੰਗ ਅਬਿਲਿਟੀ ਵੀ ਬਹੁਤ ਘੱਟ ਹੁੰਦੀ ਹੈ ਬੈਂਕ ਤੋਂ, ਕਿਉਂਕਿ ਉਹਨੂੰ ਟੈਕਨੀਕਲੀ ਉਹਨਾਂ ਕੋਲ ਜੋ ਪੈਸਾ ਹੁੰਦਾ ਹੈ ਉਹ ਕਿਸੇ ਨਾ ਕਿਸੇ ਫੰਡ ਦਾ ਹੁੰਦਾ ਹੈ, ਜੋ ਕਿ ਪੈਨਸ਼ਨ ਫੰਡ ਹੋ ਸਕਦਾ ਹੈ, ਯੂਨੀਅਨ ਹੋ ਸਕਦੀ ਹੈ ਕਿਸੇ ਤਰ੍ਹਾਂ ਦੀ, ਜਾਂ ਕਿਸੇ ਤਰ੍ਹਾਂ ਦਾ ਕੰਪਨੀ ਦਾ 401k ਫੰਡ ਹੋ ਸਕਦਾ ਹੈ। ਤਾਂ ਉਹਨਾਂ ਕੋਲ ਬਹੁਤ ਲਿਮਿਟੇਸ਼ਨ ਹੁੰਦੀ ਹੈ ਕਿ ਉਸ ਪੈਸੇ ਨਾਲ ਕੀ ਲੈਂਡ ਕਰ ਸਕਦੇ ਹੈ ਔਰ ਕੀ ਨਹੀਂ ਕਰ ਸਕਦੇ। ਮਗਰ ਬੈਂਕ ਕੋਲ ਇਹੋ ਜਿਹੀ ਕੋਈ ਲਿਮਿਟੇਸ਼ਨ ਨਹੀਂ ਹੁੰਦੀ। ਬੈਂਕ ਆਪਣੀ ਮਰਜ਼ੀ ਨਾਲ ਕਿਸੇ ਵੀ ਕੰਪਨੀ ਨੂੰ ਕਿਸੇ ਤਰ੍ਹਾਂ ਦੇ ਵੀ ਬਿਜ਼ਨਸ ਨੂੰ ਲੈਂਡ ਕਰ ਸਕਦਾ ਹੈ। ਉਹ ਰੂਲ ਜੋ ਬਣਾਉਂਦਾ ਹੈ ਜਿਹਨੂੰ ਲੈਂਡ ਕਰਨਾ ਹੈ ਜਾਂ ਨਹੀਂ ਕਰਨਾ ਹੈ ਉਹ ਖੁਦ ਬਣਾਉਂਦਾ ਹੈ, ਉਹ ਕਿਸੇ ਥਰਡ ਪਾਰਟੀ ਦੇ ਕੰਟਰੋਲ 'ਚ ਨਹੀਂ ਹੁੰਦਾ। ਅਤੇ ਗੌਰਵ ਜੀ, ਇੱਕ ਨਵਾਂ ਬਿਜ਼ਨਸ ਅਸੀਂ ਸਟਾਰਟ ਕਰਨਾ ਚਾਹੀਏ ਅਤੇ ਕਿਆ ਇਹ ਲੋਨ ਲੈਣ ਲਈ ਸਾਨੂੰ ਉਸ ਬਿਜ਼ਨਸ ਵਿੱਚ ਕੋਈ ਐਕਸਪੀਰੀਅੰਸ ਦਿਖਾਉਣਾ ਜ਼ਰੂਰੀ ਹੈ? ਇਹ ਬਹੁਤ ਵਧੀਆ ਕੁਐਸਚਨ ਹੈ। ਇਹ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਸਮਾਲ ਬਿਜ਼ਨਸ ਲੋਨ ਲਈ। ਜੀ, ਅਗਰ ਤੁਹਾਡੇ ਤੁਸੀਂ ਸਟਾਰਟਅਪ ਹੋ ਔਰ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈ ਬਿਜ਼ਨਸ ਦਾ ਤਾਂ ਬੈਂਕ ਤੁਹਾਨੂੰ ਆਟੋਮੈਟਿਕਲੀ ਰਿਜੈਕਟ ਕਰੇਗਾ। ਜੀ, ਤਾਂ ਉਹਦਾ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ ਕਿ ਅਗਰ ਤੁਸੀਂ ਕੋਈ ਬਿਜ਼ਨਸ ਸਟਾਰਟ ਕਰ ਰਹੇ ਹੋ ਔਰ ਕਿਸੇ ਐਕਸਪੀਰੀਅੰਸ ਬੰਦੇ ਨੂੰ ਤੁਸੀਂ ਹਾਇਰ ਕਰਦੇ ਹੋ ਆਪਣੇ ਨਾਲ, ਤਾਂ ਉਹਨੂੰ ਆਪਣੇ ਨਾਲ ਬੈਂਕ ਨੂੰ ਪ੍ਰੈਜੈਂਟ ਕਰੋ ਕਿ ਇਹ ਮੇਰਾ ਮੈਨੇਜਰ ਹੈ, ਜਨਰਲ ਮੈਨੇਜਰ ਹੈ ਜਾਂ CEO ਹੈ ਜਿਹਦਾ 10 ਸਾਲ ਦਾ, 5 ਸਾਲ ਦਾ, 8 ਸਾਲ ਦਾ ਐਕਸਪੀਰੀਅੰਸ ਹੈ, ਜਿਹਨੇ ਫਿਊਚਰ 'ਚ ਜਿਹਦਾ ਰੈਜ਼ਿਊਮੇ ਦੇ ਕੇ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਸਟਰੋਂਗ ਕਰ ਸਕਦੇ ਹੋ। ਇਹ ਤੁਸੀਂ ਇੱਕ ਬੜਾ ਵਾਈਟਲ ਪੁਆਇੰਟ ਦੱਸਿਆ ਸਾਨੂੰ। ਔਰ ਹੋਰ ਕੀ ਰਿਕੁਆਇਰਮੈਂਟਸ ਹੈਗੀਆਂ ਇੱਕ ਫਾਈਨੈਂਸਿੰਗ ਪਾਉਣ ਵਾਸਤੇ? ਸੀ, ਆਪਣੇ ਲੋਕ ਮਜੋਰਿਟੀ ਜਿਸ ਤਰ੍ਹਾਂ ਦੇ ਕੰਮਾਂ 'ਚ ਹੈ, ਗੈਸ ਸਟੇਸ਼ਨ ਹੋ ਗਏ, ਹੋਟੇਲ ਹੋ ਗਏ, ਟਰੱਕਿੰਗ ਹੋ ਗਈ, ਵੇਅਰ ਹਾਊਸਿੰਗ ਹੋ ਗਈ, ਇਹਨਾਂ ਦੇ ਅੰਦਰ ਇਹ ਸਾਰੇ ਕੈਸ਼ ਫਲੋ ਬਿਜ਼ਨਸ ਨੇ। ਜੀ, ਤਾਂ ਆਪਣੇ ਬੰਦੇ ਸਭ ਤੋਂ ਵਧੀਆ, ਸਭ ਤੋਂ ਜ਼ਿਆਦਾ ਗਲਤੀ ਕੀ ਕਰਦੇ ਹੈ ਕਿ ਕੈਸ਼ ਫਲੋ ਬਿਜ਼ਨਸ ਹੁੰਦੇ ਦੇ ਬਾਵਜੂਦ ਆਪਣੇ ਪੇਪਰ 'ਤੇ ਨੰਬਰਸ ਨਹੀਂ ਦਿਖਾਉਂਦੇ ਟੈਕਸ ਪਰਪਸਿਸ ਲਈ। ਮੈਂ ਨਹੀਂ ਕਹਿੰਦਾ ਕਿ ਤੁਸੀਂ ਬਹੁਤ ਜ਼ਿਆਦਾ ਟੈਕਸ ਪਰਪਸ ਲਈ ਨੰਬਰ ਦਿਖਾਓ, ਬਟ ਮਗਰ ਬਿਲਕੁਲ ਨਾ ਦਿਖਾਉਣਾ ਜੀ ਤੁਹਾਡੀ ਕੰਪਨੀ ਲਈ ਫੇਵਰੇਬਲ ਨਹੀਂ ਹੁੰਦਾ। ਤੁਹਾਨੂੰ ਅੱਗੇ ਅਗਰ ਗਰੋ ਕਰਨਾ ਹੈ ਤਾਂ ਇਹ ਬਹੁਤ ਪੁਰਾਣਾ ਰੂਲ ਹੈ, ਅਗਰ ਤੁਸੀਂ ਛੁਪਾਓਗੇ ਤਾਂ ਵਧਾਓਗੇ ਕਿਵੇਂ? ਜੀ ਜੀ, ਤਾਂ ਅੱਗੇ ਅਗਰ ਤੁਸੀਂ ਵਧਣਾ ਹੈ ਤਾਂ ਤੁਹਾਨੂੰ ਥੋੜ੍ਹੇ ਨੰਬਰ ਦਿਖਾਉਣੇ ਪੈਣਗੇ, ਤੁਹਾਨੂੰ ਟੈਕਸ ਦੇਣਾ ਪਏਗਾ, ਟੈਕਸ ਦਾ ਰਿਟਰਨ ਤੁਹਾਡੀ ਗਰੋਥ 'ਚ ਦਿਖੇਗਾ। ਔਰ ਬੈਂਕਸ ਨੂੰ, ਕ੍ਰੈਡਿਟ ਯੂਨੀਅਨ ਔਰ ਕਿਸੇ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੂੰ ਉਹ ਬੰਦਾ ਪਸੰਦ ਆਉਂਦਾ ਹੈ ਜੋ ਆਪਣੀ ਬੁੱਕਸ ਹੈਲਦੀ ਰੱਖਦਾ। ਜੀ 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 ਜੀ, ਔਰ ਬਿਜ਼ਨਸ ਪਲਾਨ ਇਹ ਕਿੰਨਾ ਇੰਪੋਰਟੈਂਟ ਐਸਪੈਕਟ ਹੈ?
इट इज़ वेरी इंपॉर्टेंट एज द एक्सपीरियंस इज जिस तरह मैं तो पहले किया कि एक एक्सपीरियंस बंदे द रिज्यूमे ला के अगर एप्लीकेशन करोगे तो दी स्ट्रेंथ है सेम थिंग बिजनेस प्लान दे परपज ना जाता है ए बैंक नू जो ऑफिसर है जो प्रोसेस कर रहा है उन्हों क्लैरिटी मिलती है कि तुहानू अपने बिजनेस बारे सब कुछ पता है तुसी किस डायरेक्शन च बिजनेस नू लैके जाना चाहते हो तुहानू बहुत क्लीयर है यह चीज़ एक हर बिजनेस नू शुरू करन दा 101 है कि अपने अगर तुहाडे कोल एक अच्छा बिजनेस प्लान है और तुसी उन्हों एग्जीक्यूट कर सकते हो यह तुहाडे बिजनेस लिए भी एक सक्सेस स्ट्रैटेजी है सानू कोई मिनिमम लेवल ऑफ रेवेन्यू चाहिए या कोई कोलैटरल चाहिए इस लोन ले स्मॉल बिजनेस लोन ले नहीं स्मॉल बिजनेस एडमिनिस्ट्रेशन है जी कोई गारंटी नहीं प्लेस करता मगर अगर स्पेशली आप गल कर रहे हैं स्टार्टअप दी अगर अपने कोल कोई भी कोलैटरल हैगी है जिस तरह चाहे सेकेंड लीन घर पर मिल जाए चाहे गड्डी होए कोई भी स्ट्रोंग कोलैटरल जिन्हों वो कहते हैं टेंजिबल कोलैटरल जिन्हों उन्हों फड़ के एक सिक्योरिटी रख सकते हैं वो तुहाडे एप्लीकेशन नू डेफिनेटली हेल्प करती है एस बी ए दी रिक्वायरमेंट नहीं है बट अगर तुसी उन्हों प्रेजेंट करते हो तो बैंक्स उन्हों नू पसंद करते हैं और तुहाडे चांस ऑफ अपरूवल वधदा है ठीक है असी गौरव अरोड़ा जी नाल गल करदे पए आ स्मॉल बिजनेस लोन्स बारे असी गल जारी रखांगे एक छोटी जी ब्रेक के बाद द वे फॉरवर्ड इज थोड़ा फिर तो स्वागत है मैं थोड़ा होस्ट हरजोत सिंह अज असी गल कर रहे हैं श्री गौरव अरोड़ा जी नाल स्मॉल बिजनेस लोन्स बारे और थोड़ी इन्हां नाल हुण गल करांगे असी मॉर्गेजेस बारे गौरव जी पहले सानू एक गल दसो एक परसनल क्रेडिट रिपोर्ट और बिजनेस क्रेडिट रिपोर्ट इस की फ़र्क है हरजोत जी बहुत वधिया क्वेश्चन है साडी कम्यूनिटी च हुण तक भी इहदे बारे बिल्कुल अवेयरनेस नहीं है जी परसनल क्रेडिट रिपोर्ट वो होंदी है जो तुसी परसनली परसनली साइन करके अपने परसनल यूज़ लई लैंदे हो जो वो सारी चीज़ां तुहाडे परसनल क्रेडिट रिपोर्ट ते आंदी है जो बेसिक चीज़ां आपां कहिंदे आ घर दी मॉर्गेज हो गई क्रेडिट कार्ड हो गए गड्डी दा लोन हो गया इस तरह दी चीज़ बिजनेस क्रेडिट रिपोर्ट वो चीज़ है जिहदे उत्ते तुसी अपने कारपोरेशन ते LLC ते लोन लैंदे हो और सिर्फ एज अ गारंटर साइन करदे हो not as the personal holder of the card to uno business oh sari cheeza jandi hai business credit report te aur oh as a business expense tusi apni books che dikhande ho ek bada important difference tusi point out kita gurup ji tusi sba di gal kiti mainu ek gal dasso as a minority ਭਾਵੇਂ ਰਿਲੀਜੀਅਸ ਮਾਈਨੋਰਿਟੀ ਹੋਏ ਜਾਂ ਭਾਵੇਂ ਵਿਮੈਨ ਹੋਣ ਵਿਮੈਨ ਐਂਟਰਪ੍ਰਨੋਰਸ ਗਵਰਨਮੈਂਟ ਦੀ ਕੋਈ ਐਸੀ ਪੋਲਿਸੀ ਹੈਗੀ ਹੈ ਸਮਾਲ ਬਿਜ਼ਨਸ ਲੋਨਸ ਦੀ ਜੋ ਹੈਲਪ ਕਰਦੇ ਹੋਣ ਬਿਲਕੁਲ ਗਵਰਨਮੈਂਟ ਨੇ ਬਹੁਤ ਅੱਛਾ ਪ੍ਰੋਵੀਜ਼ਨ ਦਿੱਤਾ ਹੋਇਆ ਗਵਰਨਮੈਂਟ ਨੇ ਆਪਣੇ ਸਪੈਸ਼ਲੀ ਨਿਊਯਾਰਕ ਸਟੇਟ ਦੇ ਅੰਦਰ ਜੀ ਬਹੁਤ ਜ਼ਿਆਦਾ ਰੈਗੂਲੇਸ਼ਨ ਹੈਗੀ ਹੈ ਕਿ ਬਹੁਤ ਕੰਟਰੈਕਟ ਜਿਸ ਤਰ੍ਹਾਂ ਹੁੰਦੇ ਹੈ ਉਹ ਮਾਈਨੋਰਟੀ ਓਨਡ ਬਿਜ਼ਨਸਿਸ ਨੂੰ ਜਾਣ ਔਰ ਉਸ ਉਹਦੇ ਅੰਦਰ ਵੀ ਸਬ ਕਲੌਜ਼ ਹੈ ਜਿਹਦੇ ਅੰਦਰ ਹੈ ਵਿਮੈਨ ਮਾਈਨੋਰਟੀ ਓਨਡ ਬਿਜ਼ਨਸਿਸ ਤਾਂ ਅਗਰ ਤੁਸੀਂ ਤੁਹਾਡੇ ਕੋਲ ਇਹੋ ਜਿਹਾ ਕੋਈ ਕੰਟਰੈਕਟ ਹੈ ਜੋ ਤੁਸੀਂ ਐਲੋਕੇਟ ਕਰਦੇ ਹੋ ਤਾਂ ਹਰ ਬੈਂਕ SBA ਉਹਨੂੰ ਅਪਰੀਸ਼ੀਏਟ ਕਰਦਾ ਅੱਛਾ ਜੀ ਤਾਂ ਉਹ ਸਾਰੀ ਚੀਜ਼ਾਂ ਦੇ ਕੇ ਵੀ ਤੁਸੀਂ ਆਪਣੇ ਕੰਟਰੈਕਟ ਟਰਮਸ ਦਿਖਾ ਕੇ ਉਹਦੇ ਅਗੇਂਸਟ ਵੀ ਪੈਸਾ ਚੱਕ ਸਕਦੇ ਹੋ ਇਸ ਤਰ੍ਹਾਂ ਦੀ ਫਾਈਨੈਂਸਿੰਗ ਬਹੁਤ ਈਜ਼ੀਲੀ ਅਵੇਲੇਬਲ ਹੈ ਅਗਰ ਤੁਹਾਡੇ ਕੋਲ ਸਟਰੋਂਗ ਕੰਟਰੈਕਟਸ ਨੇ ਜੋ ਤੁਸੀਂ ਫਿਊਚਰ 'ਚ ਬੈਂਕ ਨੂੰ ਦਿਖਾ ਕੇ ਕ੍ਰੈਡੀਬਲ ਪੇਅਰਸ ਤੋਂ ਰਿਸੀਵ ਕਰ ਸਕਦੇ ਹੋ ਤਾਂ ਉਹ ਉਹਦੇ ਅਗੇਂਸਟ ਤੁਹਾਨੂੰ ਪੈਸਾ ਦਿਖਾ ਦੇ ਸਕਦੇ ਹੈ ਹਰ ਤਰ੍ਹਾਂ ਦਾ ਲੋਨ ਅਵੇਲੇਬਲ ਹੈ ਜੀ ਮਾਰਕੀਟ 'ਚ ਜਿਹਦੇ ਅੰਦਰ ਇੰਟਰਸਟ ਜ਼ਿਆਦਾ ਹੈ ਘੱਟ ਹੈ ਸਟਾਰਟਅਪ ਹੈ ਲੌਂਗ ਟਰਮ ਹੈ ਇਹ ਬੰਦੇ ਨੂੰ ਆਪਣੀ ਨੀਡ ਦੇ ਹਿਸਾਬ ਨਾਲ ਸਾਈਨ ਕਰਨਾ ਚਾਹੀਦਾ ਸਾਡੇ ਕਮਿਊਨਿਟੀ 'ਚ ਇੱਕ ਗਲਤ ਫਹਿਮੀ ਹੈ ਕਿ ਲੋਨ ਮਿਲ ਗਿਆ ਤਾਂ ਕੰਮ ਹੋ ਗਿਆ ਲੋਨ ਲੈਂਦੇ ਹੋਏ ਤੁਹਾਨੂੰ ਲੋਨਸ ਦੀ ਟਰਮਸ ਦੇਖਣਾ ਬਹੁਤ ਜ਼ਰੂਰੀ ਹੈ ਅਗਰ ਤੁਹਾਨੂੰ ਖੁਦ ਨਹੀਂ ਸਮਝ ਆਉਂਦੀ ਤਾਂ ਕਿਸੇ ਆਪਣੇ ਅਕਾਊਂਟੈਂਟ ਨੂੰ ਅਟਰਨੀ ਨੂੰ ਡੈਫੀਨੇਟਲੀ ਜਾਂ ਮੇਰੇ ਜਿਹੇ ਕਿਸੇ ਪ੍ਰੋਫੈਸ਼ਨਲ ਸਰਟੀਫਾਈਡ ਫਾਈਨੈਂਸ ਪ੍ਰੋਫੈਸ਼ਨਲ ਨੂੰ ਜ਼ਰੂਰ ਦਿਖਾਓ ਬਿਕੋਜ਼
कई बार की होंदा है कि आपां जल्दी चे कोई एहो जे टर्म साइन कर देंदे ने जी जो बाद चे जाके सानू पछताना पैंदा। बिल्कुल बिल्कुल बिल्कुल। गौरव जी मैनू एक गल असीं शुरू कीती सी और मैनू तुसीं एक गल दसो कि क्यों साडे कम्यूनिटी मैंबर्स नू इन्ना औखा है मॉर्गेज मिलना फाइनेंस मिलना न्यूयॉर्क जैसे मार्केट च। सर तुसीं बहुत ही वधिया क्वेश्चन पुछया है। अगर आपां कम्यूनिटी की गल करिए अपनी पूरी कम्यूनिटी रिचमंड हिल ओजोन पार्क हिक्सविल बैथपेज जिथे फैली हुई है अपने अद्धे तो ज़्यादा बंदियां नूं सब तो वड्डी प्रॉब्लम आती है और प्रॉब्लम सारी है अवेयरनेस की। प्रॉब्लम है समझन दी कि अपना क्रेडिट कितना जरूरी है टू मेंटेन अ गुड क्रेडिट और क्रेडिट नूं खाली रखना उस तो ज़्यादा कितना जरूरी है। आपा कई बार जिस तरह मैं पहले गल की कि आपा पेपर ते साइन करके फटाफट कैश चक लेंदे हैं और सोचते हैं कि फ्यूचर ते दिया जाएगा। अगर स्मॉल एक छोटी जी मॉर्गेज भी लेनी है तो उसकी मंथली पेमेंट थोड़ी इनकम के हिसाब नाल कैलकुलेट होती है तो देखा जाता है कि तुसी कितने क्रेडिबल इंसान हो जी। दूजा कॉलम आता है इनकम का। साडे लोगों नू मिसगाइड किया जा किया जाता है कि तुसी टैक्स घट दिखा दो कुछ नहीं होएगा जबकि टैक्स दिखाए बगैर जी लोन मिलना आज दी डेट से बहुत मुश्किल है जी। मार्केट से दूजे प्रोडक्ट्स ने बट उदा दे डाउनसाइड की है कि तुसी इंटरेस्ट ज़्यादा दोगे मगर टैक्स दिखा के अगर तुसी रीजनेबल टैक्स दिखा के अपना मॉर्गेज लोन अप्लाई करोगे तो हर बंदे का होंगे मगर प्रॉब्लम यह है कि बंदे समझते नहीं है कि उसकी इंपॉर्टेंस की है। और दूजी चीज़ है एजुकेशन और अवेयरनेस विच के असी लोग की मॉर्गेज जो टेक्निकल क्वेश्चन लई एक प्रोफेशनल लाइसेंस प्रोफेशनल कोल ना जाके अपने पड़ोसियों कोल अपने भरावों कोल अपने सगियों कोल पुछ लेंदे हैं जो यह सिंपल एग्जाम्पल है कि अगर थोड़ी तबीयत खराब हो तो तुसी डॉक्टर कोल जाते हो तुसी अपने भरा कोल नहीं जाते। यह भी एक प्रोफेशनल स्पेशलिस्ट बिजनेस हैगा जिते तुसी एक लाइसेंस प्रोफेशनल मेरे जो लाइसेंस प्रोफेशनल कोल जाओ वो तुहानू गाइड करेगा एजुकेट करेगा कि तुसी फ्यूचर से किस तरह एलिजिबल हो सकते हो। और जी सब तो इंपोर्टेंट गल तुसी जी दसी है कि जो हर लोन है वो बिजनेस स्पेसिफिक है जरूरी नहीं कि तुहाडे एक रिश्तेदार का या तुहाडे गुआंढी का एक पर्टिकुलर काइंड ऑफ बिजनेस लोन अप्रूव होया वो तुहाडा विच भी उदा दा ही लोन। बिल्कुल हरजोत जी तुसी बिल्कुल ठीक गल की है। यह साडे लोगों से एक बहुत गलत फहमी है कि अगर एक का हो सकता है तो मेरा क्यों नहीं हो सकता। जी 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 आप सानू एक खुले दिमाग में सोचना चाहिए कि दो भरा जब एहो जे नहीं एक जे नहीं हो सकते तो दो लोन एक जे किवें होंगे जी। गौरव जी तुसी गल की कि बड़ा इंपॉर्टेंट है क्रेडिट ते तुसी सानू इस क्रेडिट बारे थोड़ा होर दसोगे क्रेडिट की है और क्रेडिट स्कोर्स की हैं और किवें आप इंप्रूव कर सकते हैं और किन फैक्टर्स नाल क्रेडिट स्कोर्स थले जाते हैं। असी एक बहुत टॉपिक ते हुणे टच किया है कि दो चीज़ा सेम नहीं होंगी। क्रेडिट उहदा सब तो वड्डा एग्जाम्पल है जी। एक सिंपल मॉर्गेज लई अगर असी अप्लाई करिए तो 740 वाला स्कोर इज कंसिडर्ड एज अ गुड स्कोर जी जिन्हों वधिया रेट मिलेगा जी। यही 650 ते आ जाओगे तो तुहानू उन्ना वधिया रेट नहीं मिलेगा बिकॉज तुहाडी क्रेडिट वर्थनेस नहीं है जी। तो कहन दा मतलब है सारे परपज का कि अपने क्रेडिट नू मेनटेन करना और उन्हों कंटिन्यूली एक लैवल ते रखना बहुत जरूरी है अगर तुसी फ्यूचर से अपने आप नू और लोन दिलाना चाहते हो बिजनेस चाहे वह बिजनेस होए चाहे वह परसनल होए चाहे वह मॉर्गेज होए हर चीज़ का इस कंट्री के अंदर क्रेडिट बहुत बहुत इंपॉर्टेंट है जी, जी। और क्रेडिट बनाने के भी बड़े सौखे तरीके ने तुसी एक सिंपल तीन क्रेडिट कार्ड किसी के नाल एज अ गै साइन करके शुरू कर सकते हो जी। या एक अस मार्केट से कहने सिक्योर्ड कार्ड तुसी सिक्योर्ड कार्ड लैके अपना क्रेडिट बना सकते हो। एक और गलत फहमी है मार्केट से कि जी मेरा क्रेडिट किसी ने दो बार देख लिया तो मेरा स्कोर गिर जाएगा जी। यह गलत फहमी ता ही होंगी है कि तुसी दो बार नहीं छे बार अठ बार किसी को दिखाते हो क्योंकि उदे नाल तुसी डेस्परेट लगते हो। अपना क्रेडिट बहुत ज़्यादा ना पुल कराया करो जी। और दूजी चीज़ है मार्केट से जीरो डॉलर जीरो परसेंट इंटरेस्ट से क्रेडिट कार्ड मिलते हैं जी।
ਜਸ ਤੁਹਾਨੂੰ ਮਿਲ ਰਿਹਾ ਹੈ ਉਹ ਭੱਜ ਕੇ ਲੈਣਾ ਨਹੀਂ ਚਾਹੀਦਾ, ਕਿਉਂਕਿ ਉਹਦਾ ਵੀ ਸਕੋਰ 'ਤੇ ਬਹੁਤ ਬੜਾ ਇੰਪੈਕਟ ਹੁੰਦਾ ਜੀ ਜੀ ਜੀ, ਕਿਉਂਕਿ ਸਾਰਾ ਕ੍ਰੈਡਿਟ 'ਤੇ ਬੈਲੈਂਸ ਹੁੰਦਾ ਹੈ, ਤੁਹਾਡੀ ਲਿਮਿਟ ਅਗੇਂਸਟ ਤੁਸੀਂ ਕਿੰਨਾ ਉਹਨੂੰ ਡਰਾ ਕਰ ਰਹੇ ਹੋ ਜੀ। ਤਾਂ ਮੈਜੋਰਿਟੀ ਲੋਕ ਜਦ 0% 'ਤੇ ਮਿਲਦਾ ਹੈ ਤਾਂ 10,000 ਦਾ 10,000 ਚੱਕ ਲੈਂਦੇ ਆ, ਤਾਂ ਉਹ ਤੁਹਾਡੇ ਕ੍ਰੈਡਿਟ ਨੂੰ ਥੱਲੇ ਲੈ ਕੇ ਆਉਂਦਾ। ਔਰ ਸਕੋਰ ਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ, ਹਰ ਚੀਜ਼ 'ਤੇ ਰਿਫਲੈਕਸ਼ਨ ਹੈ, ਤੁਹਾਡੇ ਪਰਸਨਲ 'ਤੇ, ਤੁਹਾਡੇ ਬਿਜ਼ਨਸ 'ਤੇ, ਤੁਹਾਡੀ ਮੌਰਗੇਜ 'ਤੇ। ਤਾਂ ਇਸ ਕੰਟਰੀ ਦੇ ਅੰਦਰ ਸਭ ਤੋਂ ਇੰਪੋਰਟੈਂਟ ਹੈ, ਕੋਈ ਨਵਾਂ ਬੰਦਾ ਆਇਆ ਜਾਂ ਜੋ ਪੁਰਾਣਾ ਹੈ, ਆਪਣੇ ਸਕੋਰ ਨੂੰ ਬਹੁਤ ਸੰਭਾਲ ਕੇ ਰੱਖੋ। ਕਿਸੇ ਦੇ ਨਾਲ ਤਦ ਤੱਕ ਸ਼ੇਅਰ ਨਾ ਕਰੋ ਜਦ ਤੱਕ ਤੁਹਾਨੂੰ ਇਹ ਨਹੀਂ ਲੱਗਦਾ ਕਿ ਉਹ ਬੰਦਾ ਤੁਹਾਡੇ ਸਕੋਰ 'ਤੇ ਇਫੈਕਟ ਕਰ ਸਕਦਾ। ਠੀਕ ਹੈ ਜੀ, ਠੀਕ ਹੈ ਗੌਰਵ ਜੀ। ਇੱਕ ਕਮਿਊਨਿਟੀ ਵਿੱਚ ਸਾਡੇ ਨਾਲ ਵੀ ਕਈ ਵਾਰ ਬੰਦੇ ਇੱਦਾਂ ਦੀ ਗੱਲ ਕਰਦੇ ਹਨ, ਇਸ ਕਰਕੇ ਮੈਂ ਚਾਹਾਂਗਾ ਕਿ ਐਜ਼ ਅ ਪ੍ਰੋਫੈਸ਼ਨਲ ਤੁਸੀਂ ਉਹਨਾਂ ਦਾ ਇਹ ਮਿਸਕਨਸੈਪਸ਼ਨ ਦੂਰ ਕਰੋ। ਉਹ ਕਹਿੰਦੇ ਜੀ ਸਾਡੇ ਕੋਲ ਸੇਵਿੰਗ ਵਿੱਚ ਪੈਸਾ ਬਹੁਤ ਹੈ, ਰਾਈਟ? ਇੱਕ ਸਾਈਡ 'ਤੇ ਸੇਵਿੰਗ 'ਤੇ ਪੈਸਾ ਪਿਆ, ਉਹ ਦੂਸਰੀ ਸਾਈਡ ਕ੍ਰੈਡਿਟ ਕਾਰਡ ਡੈਟ ਹੈ। ਉਹ ਕਹਿੰਦੇ ਜੀ ਕ੍ਰੈਡਿਟ ਕਾਰਡ 'ਤੇ ਉਤਰਦਾ ਰਹੇਗਾ, ਇਹ ਜਿਹੜਾ ਸੇਵਿੰਗ 'ਤੇ ਪੈਸਾ ਪਿਆ ਇਸ ਨੂੰ ਆਪਾਂ ਹੋਰ ਬਿਜ਼ਨਸ 'ਚ ਲਾ ਕੇ ਇਸਦੇ ਹੋਰ ਪੈਸੇ ਬਣਾ ਲਈਏ ਜਾਂ ਇਸਨੂੰ ਕਿਤੇ ਮੈਟਰ 'ਚ ਚੱਕ ਕੇ ਸੰਭਾਲ ਕੇ ਰੱਖੀਏ। ਇਹ ਤੁਸੀਂ ਸਾਨੂੰ ਦੱਸੋਗੇ ਕਿ ਇੱਕ ਕ੍ਰੈਡਿਟ ਕਾਰਡ ਨੂੰ ਪੇ ਆਫ ਕਰਨਾ ਕਿੰਨਾ ਇੰਪੋਰਟੈਂਟ ਹੈਗਾ ਔਰ ਕਿੰਨਾ ਅਰਜੈਂਟ ਹੈਗਾ? ਹਜੋਤ ਜੀ, ਇਹ ਬਹੁਤ ਵਧੀਆ ਕੁਐਸਚਨ ਹੈ ਜੀ, ਕਿਉਂਕਿ ਅਸੀਂ ਲੋਕ ਬਹੁਤ ਵਾਰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਕਿਹਾ, ਪੇਪਰ ਸਾਈਨ ਕਰ ਦਿੰਦੇ ਔਰ ਧਿਆਨ ਨਹੀਂ ਦਿੰਦੇ। ਇਹ ਮੈਂ ਜੋ ਤੁਹਾਡੇ ਨਾਲ ਛੇੜੀ ਸੀਗੀ 0% ਵਾਲੀ ਗੱਲ ਜੀ, ਇਹ 0% ਕਾਰਡ ਜੋ ਹੁੰਦੇ ਨੇ ਇਹ ਕੀ ਹੈ? ਇੱਕ ਟਰੈਪ ਹੈ ਜੀ। ਅਸੀਂ ਲੋਕ ਸੋਚਦੇ ਹਾਂ ਕਿ ਆਪਾਂ 12 ਮਹੀਨੇ 'ਚ ਪੈਸੇ ਚੁਕਾ ਦਾਂਗੇ ਜੀ, ਕੋਈ ਰੇਟ ਨਹੀਂ ਲੱਗੇਗਾ, ਮਗਰ ਮੈਂ ਨਹੀਂ ਜਾਣਦਾ ਕਿਸੇ ਬੰਦੇ ਨੂੰ ਜੋ ਪੂਰਾ ਪੈਸਾ ਉਸ ਟਾਈਮ ਚੁਕਾ ਦਿੰਦਾ। ਮਗਰ ਜਿਵੇਂ ਹੀ ਉਹ 13ਵਾਂ ਮਹੀਨਾ ਲੱਗਦਾ ਹੈ ਜੀ, ਹਰ ਕਾਰਡ ਅਲੱਗ ਅਲੱਗ ਹੁੰਦਾ, ਬਟ ਕੋਈ 15%, ਕੋਈ 17%, ਕੋਈ 23% 'ਤੇ ਚਲਾ ਜਾਂਦਾ। ਜੋ ਪੈਸਾ ਤੁਹਾਡੇ ਕੋਲ ਅਕਾਊਂਟ 'ਚ ਪਿਆ, ਉਹ ਤੁਹਾਨੂੰ ਕੀ ਬਣਾ ਕੇ ਦੇ ਰਿਹਾ? ਕ੍ਰੈਡਿਟ, ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ, ਕ੍ਰੈਡਿਟ ਉਹਨੂੰ ਹੀ ਮਿਲਦਾ। ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈ, ਜਦ ਤੁਹਾਨੂੰ ਕ੍ਰੈਡਿਟ ਮਿਲਦਾ ਹੈ ਤੁਸੀਂ ਲੈ ਲਓ, ਮਗਰ ਉਹਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਯੂਜ਼ ਕਰੋ। ਅਗਰ ਤੁਹਾਨੂੰ ਔਰ ਕ੍ਰੈਡਿਟ ਮਿਲਦਾ ਵੀ ਉਹਨੂੰ ਹੈ ਜੋ ਕ੍ਰੈਡਿਟ ਵਰਦੀ ਹੁੰਦਾ, ਤੁਸੀਂ ਇਹ ਸਾਰਾ ਪੈਸਾ ਚੱਕ ਕੇ ਅਗਰ ਕ੍ਰੈਡਿਟ ਕਾਰਡ ਤੋਂ ਆਪਣੇ ਅਕਾਊਂਟ 'ਚ ਰੱਖੋਗੇ ਤਾਂ ਫਿਊਚਰ 'ਚ ਤੁਹਾਨੂੰ ਕੋਈ ਕ੍ਰੈਡਿਟ ਵੀ ਨਹੀਂ ਦੇਗਾ ਜੀ। ਤਾਂ ਬੈਸਟ ਤਰੀਕਾ ਕੀ, ਆਪਣੀ ਲਿਮਿਟ ਬਣਾਓ, ਮਗਰ ਉਹਨੂੰ ਚੁਕਾ ਦਿਓ, ਮਗਰ ਜਦ ਲੋਡ ਹੁੰਦੀ ਹੈ ਤਾਂ ਚੱਕੋ, ਕਿਉਂਕਿ ਅਕਾਊਂਟ 'ਚ ਅੱਜ ਕੱਲ੍ਹ ਪੈਸਾ ਇੰਟਰਸਟ ਤਾਂ ਦਿੰਦਾ ਨਹੀਂ ਹੈ ਇੱਥੇ ਜੀ। ਤਾਂ ਸਾਡੇ ਲਈ ਬੈਸਟ ਤਰੀਕਾ ਇਹੀ ਹੈ ਕਿ ਆਪਣੇ ਕ੍ਰੈਡਿਟ ਕਾਰਡ ਦੇ ਬੈਲੈਂਸ ਲੋ ਰੱਖੀਏ, ਫਿਊਚਰ 'ਚ ਜਦ ਰੀਅਲੀ ਲੋਡ ਆਉਂਦੀ ਹੈ ਤਦ ਕੋਈ ਬੈਂਕ ਤੁਹਾਨੂੰ ਰੋਕੇਗਾ ਨਹੀਂ, ਨਏ ਕਾਰਡ ਵੀ ਦੇਵੇਗਾ ਔਰ ਲਿਮਿਟ ਵੀ ਵਧਾ ਦੇਗਾ। ਮਗਰ ਅਗਰ ਤੁਹਾਡੇ ਕਾਰਡ ਦੀ ਲਿਮਿਟ ਪਹਿਲੇ ਹੀ ਬਹੁਤ ਜ਼ਿਆਦਾ ਯੂਜ਼ਡ ਹੈ, ਤਾਂ ਨਾ ਤਾਂ ਉਹਨਾਂ ਨੇ ਲਿਮਿਟ ਵਧਾਉਣੀ ਹੈ ਜੀ, ਨਾ ਤੁਹਾਨੂੰ ਫਿਊਚਰ 'ਚ ਅਦਰ ਕ੍ਰੈਡਿਟ ਦੇਣਾ। ਗੌਰਵ ਜੀ, ਤੁਸੀਂ ਅੱਜ ਸਾਨੂੰ ਬੜੀਆਂ ਇੰਪੋਰਟੈਂਟ ਗੱਲਾਂ ਦੱਸੀਆਂ, ਇਹ ਬੜੀਆਂ ਹੈਲਪਫੁਲ ਹਨ ਸਾਡੀ ਕਮਿਊਨਿਟੀ 'ਚ, ਬੜੀ ਮਿਸਕਨਸੈਪਸ਼ਨਸ ਹਨ ਸਾਡੀ ਕ੍ਰੈਡਿਟ ਨੂੰ ਲੈ ਕੇ, ਇਨ ਲੋਨਸ ਨੂੰ ਲੈ ਕੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਤੁਹਾਨੂੰ ਫਿਰ ਸਟੂਡੀਓ ਵਿੱਚ ਜ਼ਰੂਰ ਬੁਲਾਂਗੇ। ਅਸੀਂ ਚਾਹਾਂਗੇ ਕਿ ਤੁਸੀਂ ਆਓ ਔਰ ਸਾਡੇ ਜਿਹੜੇ ਵਿਊਅਰਸ ਹਨ ਉਹਨਾਂ ਨੂੰ ਲੋਨਸ ਕਿਵੇਂ ਲੈਂਦੇ ਹਨ, ਮੌਰਗੇਜਿਸ ਇਸਦੇ ਬਾਰੇ 'ਚ ਜ਼ਿਆਦਾ ਦੱਸੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਅਰਜੋਤ ਜੀ, ਮੈਂ ਬਹੁਤ ਭਾਰੀ ਹਾਂ ਤੁਹਾਡਾ, ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਭੈਣਾਂ ਭਰਾਵਾਂ ਨਾਲ ਸ਼ੇਅਰ ਕਰਨ ਦਾ, ਮੇਰੀ ਨੌਲੇਜ ਦਾ, ਔਰ ਮੈਂ ਫਿਊਚਰ 'ਚ ਵੀ ਲੁੱਕ ਫਾਰਵਰਡ ਟੂ ਵਰਕਿੰਗ ਵਿਦ ਯੂ। ਡੈਫੀਨੇਟਲੀ, ਅਸੀਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ। ਦ ਵੇ ਫਾਰਵਰਡ ਇਜ਼ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਪ੍ਰੈਜ਼ੀਡੈਂਸ਼ੀਅਲ ਡਿਬੇਟਸ, ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀਜ਼ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਡਿਬੇਟਸ ਸਟਾਰਟ ਹੋ ਗਈ ਹਨ। ਇਸ ਟਿਊਜ਼ਡੇ ਔਰ ਇਸ ਵੈਨਸਡੇ ਔਰ ਇਸ ਥਰਸਡੇ ਨੂੰ ਡਿਬੇਟਸ ਹੋਈਆਂ, ਪਾਰਟੀਸਪੈਂਟਸ ਨੂੰ ਸਪਲਿਟ ਕੀਤਾ ਗਿਆ ਬਿਕੋਜ਼ ਦੇ 20 ਕੈਂਡੀਡੇਟਸ, ਅਤੇ ਦੋਨੋਂ ਦਿਨ 10-10 ਕੈਂਡੀਡੇਟਸ ਜਿਹੜੇ ਹਨ ਉਹ ਸਟੇਜ 'ਤੇ ਆਏ। ਅਸੀਂ ਗੱਲ ਕਰਾਂਗੇ ਆਪਣੇ ਪੋਲੀਟੀਕਲ ਕੋਰਸਪੋਂਡੈਂਟ ਜੈਕ ਰਾਜਪਾਲ ਜੀ ਨਾਲ ਔਰ ਉਹਨਾਂ ਨੂੰ ਪੁੱਛਦੇ ਹਾਂ ਕਿ ਇਹ ਡਿਬੇਟ ਕਿਵੇਂ ਰਹੀ ਆ। ਤੁਹਾਡਾ ਸਵਾਗਤ ਹੈ ਜੈਕ ਜੀ। ਹਾਏ ਅਰਜੋਤ। ਜੈਕ, ਟੈਲ ਅਸ ਅਬਾਊਟ ਦ ਡਿਬੇਟ। Ajod, it was a very interesting 2 days of debates. We had 10 candidates each on both the days. You know, the top issues that kind of surfaced
on pretty much across 2 days, where immigration, healthcare, climate change, economic inequality, and education. Mm-hmm. And very interestingly, you know, almost all the candidates, you know, they had similar vision on all these issues, mm-hmm. where they differentiated where when you went into the second level of sort of more details into these top issues. But very interesting debates. I think it's noteworthy that when we saw 2016 debates, when we were having the Republican primaries, I don't think that issues was such important a factor as they were seen in the last 2 days. What do you think? Yes. You know, I think there was a big, vast change between what we saw in 2016 and 2020 now. You know, the candidates had better plans, more plans on various topics, various issues, mm-hmm. domestic and otherwise. Mm-hmm. Whereas in 2016, pretty much, you know, if you remember, Trump had a rhetoric, you know, immigration. That's it, and that was his slogan, and that sort of won his presidency. Ji. And do you think Sari Jerry debate, Sigi, that was steered more towards the progressive agenda, the left wing of the Democratic Party? You know, it's interesting what you bring in and say. A lot of progressive topics, you know, like things like on healthcare, Medicare mm-hmm. for all, mm-hmm. you know, is a very popular topic amongst all the candidates. Mm-hmm. It was interesting when everybody said about healthcare, mm-hmm. what differentiated them was when the specific question was asked, mm-hmm. that would you get away with private insurance? Mm-hmm. Only three candidates mm-hmm. on both the days together, they said they will get away with private insurance. Mm-hmm. Bernie Sanders, Mayor Blasio, and Elizabeth Warren. Mm-hmm. Everybody else said, no, they will keep private insurance while still providing Medicare for all. Mm-hmm. But same thing, you know, on a similar topic, everybody was asked, you know, would you provide insurance for undocumented immigrants? Mm-hmm. Everybody, all 20 candidates said yes. So, yeah, very progressive agenda. And do you think this is something that can win them the general election? You know, that's time will tell. You know, it's too early to say, you know, how Trump will play against these progressives. Mm-hmm. What will be interesting to see is, you know, as we saw on day two, the way Kamala Harris came across, you know, as a very feisty candidate, who shot down Joe Biden very fiercely. Mm-hmm. Maybe someone like that who kind of blends in the progressive kind of moderate agenda, she might still be able to tackle Trump. So some candidate like that, maybe she might be the one, or someone else like that. Do you think Biden took a hit last night? Is it going to stay? Yes, you know, second day, it was Kamala Harris was the star of the night. Mm-hmm. Biden took a big hit, mm-hmm. although it's too early, you know, to say, because he had a huge margin. He comes with a huge advantage point. Mm-hmm. So, you know, there's not much he lost, but definitely he took a big hit yesterday. Who do you think came out as a clear winners both these nights? Day one, Harjot, I would say Elizabeth Warren was the clear winner. Mm-hmm. She from get-go, you know, stood out as someone who's way ahead, mm-hmm. and kind of looked like a, you know, candidate who's a rising star within those 10 people who were standing on the podium. Beta Rook was the biggest loser that day on day one. Mm-hmm. Day two, Kamala Harris definitely stole the show. Mm-hmm. And I would say, you know, there were a couple of other candidates on day two. They were kind of, they probably would be knocked out. They probably would not even exist in the next debate or so. You know, noteworthy would be Eric Sandwell or Andrew Yang, or I would be surprised, like the author Marianne Williamson. Mm-hmm. I think Yang created a new trend by appearing on that stage without a tie. Did you notice that? Yes. He was the only candidate mm-hmm. not wearing tie. But, you know, the shocking moment was when he's the one who proposed universal basic income of $1,000 to every U.S. citizen mm-hmm. per month. But when the moderator asked him that, you know, your proposal will cost $3.2 billion a year, mm-hmm.
his expressions were speechless. He was like, what? So I think that's kind of, you know, just cut him short and kind of stuck that image of Andrew Yang. Jack, I didn't see, or would it be right to say that no candidate made a very strong attempt to come across as a centrist in this debate? They were all looking at the primary voters who have moved a little left to the Democratic Party. That's right, that's right. Like I said in the beginning, Harjot, yes, everybody was pretty much aligned across all the topics, all the issues. They had very similar progressive vision on all those key topics. Mm-hmm. Joe Biden at times tried, but then, you know, yesterday's his performance was very dismissal. Mm-hmm. He seemed to be struggling with answers, and especially the exchange that he had with Kamala Harris. Mm-hmm. That really was bad for him. And some people are saying that his line that my time is up might stay. Yes, that's very well said, yes. When is the next debate? The next debate now is scheduled for July 30th and 31st. That'll be hosted by CNN again across 2 days because mm-hmm. we still have a large number of candidates. Mm-hmm. And we'll see that how many candidates remain to be on that stage by then. Yes. We definitely will see some candidates, you know, fall apart. Mm-hmm. And we'll see in the next, I think, 2 to 3 weeks how this debate shapes up, how the candidates shape up. Sure. Thank you, Jack. Assi, Tode Nal, in Mudda Te Gal Karde Rangay, Tusi Vekhte Roh, The Way Forward.